ਮਤਲਬ ਬੇਬਿਆਂ ਤੋਂ ਨਾ ਪਹਿਲਾਂ ਪਹਿਲਾਂ ਕੰਮ ਜੇ ਨਹੀਂ ਮਿਲਦਾ ਰਹੇਗਾ, ਕਦਾ ਝਾੜੂ ਭਾਂਡੇ ਕਰ ਦਿੱਤੇ ਧੋ, ਫਿਰ ਐਵੇਂ ਬੁੜਬੁੜ ਜੇ ਕਰੀ ਜਾਂਦੀ ਰਹਿੰਦੀ ਹੈਗੀ ਸਾਰਾ ਦਿਨ ਨਹਾਏ ਦੇਖ ਕੇ, ਵੀ ਕੱਲੀ ਜਾਣੀ ਆ ਕਿੱਧਰ ਕਿੱਧਰ ਹੋਵੇ, ਆਪ ਤਾਂ ਡੱਕਾ ਤੋੜਦੀ ਨਹੀਂ ਹੈਗੀ। ਆਏ ਹਾਏ ਤੂੰ ਹੀ ਜੀ ਅੱਗ ਲੱਗਣੀ ਨਾ, ਨਾਲੇ ਮੈਂ ਉਹਨੂੰ ਕਿੰਨੇ ਵਾਰੀ ਕਹਿਤਾ ਮੈਨੂੰ ਦਵਾਈ ਦਵਾ ਲਿਆ, ਸੁਣਦਾ ਹੀ ਨਹੀਂ ਹੈਗਾ। ਹਾਏ ਨਹੀਂ ਕੀ ਕਰੀ ਜਾਂਦੀ ਆ? ਕੁਛ ਨੀ ਬੇਟਾ, ਝਾੜੂ ਲਾਉਂਦੇ ਸੀਗੇ। ਹਾਏ ਨੀ ਝਾੜੂ ਨੂੰ ਤਾਂ ਮੈਂ ਦੇਖੀ ਜਾਂਦੀ ਆ, ਝਾੜੂ ਕਾਹਨੂੰ ਲਾਉਣੀ ਆ, ਝਾੜੂ ਤਾਂ ਤੂੰ ਤਾਂ ਐ ਕਰੀ ਜਾਂਦੀ ਆ ਉੱਥੇ, ਹੋ ਉੱਥੋਂ ਨਿਗਾਹ ਪਈ ਆ ਮੇਰੀ। ਬੇਬੇ ਉੱਥੇ ਨਾ ਜਾਲੇ ਜੇ ਲੱਗੇ ਪਏ ਸੀ, ਮੈਂ ਭੈੜੇ ਲੱਗਦੇ ਨੇ, ਮੈਂ ਤਾਂ ਕਰਕੇ ਝਾੜੂ ਨੂੰ ਲਾ ਕੇ ਉਹ ਨਾ ਕਿੱਥੋਂ ਜਾਲੇ ਲਾਉਣਾ, ਬੁਰਸ ਜਾਲੇ ਉਹ ਚੱਕ ਕੇ ਅਸੀਂ ਨੀ ਲਾ ਦਾਂਗੇ ਬੇਬੇ। ਆਹੋ ਬਾਲਾ ਨੀ, ਆਹੋ ਸੱਚ ਕੀ ਹੋ ਗਿਆ ਬੇਬੇ? ਨੀ ਬੂ ਮੈਂ ਮੱਚ ਜਾ, ਨੀ ਮਾੜੀ ਮੋਟੀ ਤੈਨੂੰ ਸੰਗ ਸਰਮ ਹੈ ਨੀ ਬੇਬੇ? ਕਾਹਦੀ ਚੁੰਨੀ ਲੈ ਕੇ ਰੱਖੀ ਆ ਹੁਣ? ਨੀ ਮੈਥੋਂ ਨਾ ਮੈਨੂੰ ਪੁੱਠਾ ਬੋਲਾਇਆ ਕਰ, ਨੀ ਆ ਕਾਹਨੂੰ ਪਾਈ ਆ ਬੜੀ ਨਵੀਂ। ਅੱਛਾ ਇਹ ਤਾਂ ਬੇਬੇ ਨਾ ਮੈਂ ਬਾਜ਼ਾਰ ਚ ਗਈ ਸੀ ਸਵੇਰੇ, ਨਾ ਤੈਨੂੰ ਐ ਪਤਾ ਵੀ ਇਹ ਸੂਟ ਕਿੰਨੇ ਦਾ ਹੈ? ਹਾਂ ਬੇਬੇ 3,000 ਦਾ ਹੀ ਆ। 3,000 ਦਾ ਹੈ ਕਹਿੰਦੇ? ਜੇ ਮੈਂ 3 ਰੁਪਈਆਂ ਦਾ ਆਇਆ ਹੁੰਦਾ, ਮਾੜੀ ਮੋਟੀ ਸੰਗ ਸਰਮ ਮੰਨਿਆ ਕਰ, ਨੀ ਪੈਸੇ ਦਰਖਤਾਂ ਨਾਲ ਨੀ ਲੱਗਦੇ ਵੀ ਤੋੜ ਤੋੜ ਕੇ ਤੂੰ ਸੂਟ ਖਰੀਦਦੀ ਫਿਰੇ। ਚੱਲ ਕੋਈ ਨਾ ਬੇਬੇ, ਫਿਰ ਅੱਜ ਦਾ ਦਿਨ ਤਾਂ ਪਾ ਲਾਂਗੇ, ਫਿਰ ਪਏ ਵੀ ਇਹ ਨਾ ਪੁਰਾਣੇ ਜੇ ਹੋਈ ਜਾਂਦੇ ਨੇ, ਨਾਲੇ ਉੱਚੇ ਹੋ ਜਾਣਗੇ ਹੋਰ ਹੀ। ਨਾ ਗੱਲ ਸੁਣ ਲਾ ਮੇਰੀ, ਨਾ ਆਹ ਸੱਚ ਆ ਲੈ ਹੋਰ ਨਾਲ ਚੂੜਾ ਵੀ ਪਾ ਰੱਖਿਆ, ਨਾ ਇੱਥੇ ਕਿਹੜੇ ਖਸਮਾਂ ਨੂੰ ਦਿਖਾਉਣਾ ਗਾ ਤੂੰ? ਹੈ ਬੇਬੇ ਐਂ ਗੱਲ ਬੋਲ ਦਿੰਦੀ ਹੈ, ਮੇਰਾ ਹੈ ਤਾਂ ਹੈਗਾ ਘਰਾਲਾ, ਖੇਤ ਗਿਆ ਹੈਗਾ ਉਹ। ਨੀ ਉਹ ਕਹਿੰਦਾ ਤੇਰੇ ਬੂਥੇ ਕਹਿੰਦੇ ਸਾਰਾ ਦਿਨ ਦੇਖੀ ਜਾਂਦਾ, ਉਹਦਾ ਅੱਖੜੇ ਵੜਦਾ ਆ ਕੇ। ਫਿਰ ਬੇਬੇ ਆਉਂਦਾ ਤਾਂ ਹੈਗਾ ਘਰੇ, ਪਰ ਹੁਣ ਕਹਿੰਦਾ ਮੈਂ ਹੀ ਤੁਰੀ ਫੁਰਾਂ। ਨੀ ਫਿਰ ਨਵੇਂ ਨਵੇਂ ਸੂਟ ਤਾਂ ਨੀ ਪਾਉਣੇ ਹੁੰਦੇ? ਨਾਲੇ ਮੇਰੀ ਗੱਲ ਸੁਣ ਲਾ, ਆ ਤੇਰੇ ਚਾਚੇ ਦੇ ਮੁੰਡੇ ਦਾ ਵਿਆਹ ਆ ਰਿਹਾ ਉਧਰਲੇ ਦਾ, ਤੇ ਨਾਲੇ ਉਦੋਂ ਆਹੀ ਸੂਟ ਪਾ ਲਈ, ਸਾਂਭ ਕੇ ਰੱਖ ਦੇ ਚੁੱਪ ਕਰਕੇ ਲਾ ਕੇ ਇਹਨੂੰ। ਆਹੀ ਬੇਬੇ ਲੈ ਮਸੇ ਕਹਿੰਦੀ ਕਹਿੰਦੀ ਆਹੀ, ਨਾ ਇਹਨੂੰ ਕੀ ਹੋਇਆਗਾ, ਇੰਨਾ ਮਹਿੰਗਾ ਸੂਟ ਵਿਆਹ ਚ ਕਿਸੇ ਦੇ ਨਹੀਂ ਪਾਇਆ ਹੋਣਾ ਇਹਦੇ ਨਾਲ ਦਾ। ਬੇਬੇ 3 ਧੋ ਪਾਤੇ ਇਹਦੇ ਚ। ਲੈ ਅੱਗੇ ਧੋ ਪਾਤੇ, ਨੀ ਧੋ ਪਾਉਣ ਨਾਲ ਕੀ ਘਾਸਦਾ ਇਹ ਕੱਪੜਾ, ਇਹ ਤਾਂ ਕੱਪੜਾ ਹੀ ਇੰਨਾ ਮਹਿੰਗਾ। ਚੱਲ ਕੋਈ ਨਾ ਬੇਬੇ, ਮੈਂ ਝਾੜੂ ਲਾ ਲਾਉਂਦੇ, ਫਿਰ ਕੱਢ ਕੇ ਰੱਖ ਦੂੰਗੀ। ਕੱਢ ਕੇ ਰੱਖ ਦੂੰ, ਨਾਲੇ ਹੋਰ ਨਾਲ ਦੀ ਜੁੱਤੀ ਪਾ ਲੈਂਦੀ ਆ, ਐ ਫਿਰਦੀ ਆ ਸਕੀਨੀ ਲਾਈ। ਨਾ ਕੰਮ ਤਾਂ ਤੂੰ ਕਰਨਾ ਘਰੇ ਹੈ, ਗੋਹਾ ਪੱਥਣਾ ਝਾੜੂ ਲਾਉਣਾ, ਤੇ ਇੰਨੇ ਇੰਨੇ ਮਹਿੰਗੇ ਸੂਟ ਪਾ ਕੇ ਕੀ ਕਰੇਂਗੇ ਤੂੰ? ਚੱਲ ਕੋਈ ਨਾ ਬੇਬੇ, ਮੈਂ ਚੱਪਲਾਂ ਪਾ ਲੂੰਗੀ, ਮੈਂ ਤਾਂ ਮੈਨੂੰ ਨਾ ਸੌਂਕ ਜਾਗਿਆ, ਮੈਂ ਤਾਂ ਕਰਕੇ ਜੁੱਤੀ ਵੀ ਪਾ ਲਈ ਨਾ। ਨੀ ਤੇਰੇ ਸੌਂਕਾਂ ਨੇ ਨਾ ਇੱਕ ਦਿਨ ਘਰ ਦੀ ਬਰਬਾਦੀ ਲਿਆ ਦੇਣੀ ਆ, ਨੀ ਕਿਉਂ ਮੇਰੇ ਪੁੱਤ ਨੂੰ ਦੁਖੀ ਕਰਿਆ, ਨੰਗ ਕਰ ਦੇਂਗੇ ਤੂੰ ਇੱਕ ਦਿਨ ਉਹਨੂੰ। ਬੇਬੇ ਹੁਣ ਹੋਰ ਸੌਂਕ ਕਿੱਥੇ ਪੂਰੇ ਕਰਾਂ, ਸਹੁਰੇ ਘਰ ਹੀ ਪੂਰੇ ਕਰਨੇ ਨੇ, ਤੂੰ ਮੈਨੂੰ ਹੋਰ ਸੂਟ ਲਿਆ ਦੀ। ਨੀ ਮੈਂ ਤੈਨੂੰ ਹੁਣ ਨਾ ਲਹਿੰਗਾ ਮੰਗਾ ਕੇ ਦੇ ਦਾਂ। ਹਾਂ ਸੱਚ ਬੇਬੇ, ਚਾਚੇ ਦੇ ਮੁੰਡੇ ਦੇ ਵਿਆਹ ਤੇ ਮੈਨੂੰ ਲਹਿੰਗਾ ਲਿਆ ਦੇ। ਦੇਖ ਸ਼ਰਮ ਨੀ, ਨਾਲੇ ਸਿਰ ਤੇ ਚੁੰਨੀ ਗੱਲ ਉਹ ਤਰਾਪਾ ਪਾ ਗਏ, ਵਗ ਜਾਂਦਾ ਵਗ ਜਾ, ਮੈਂ ਤਾਂ ਜੁੱਤੀਆਂ ਨਾ ਖਾ ਲਈ ਬੇਬੇ, ਵਗ ਜਾਣੀ ਆ। ਕੀ ਹੋਣ ਲੱਗਿਆ ਪੂਰੀ ਨੜੀ ਵਾਲੀ ਤੋਂ? ਇੱਧਰ ਵਜਾ ਜੀ, ਇੱਧਰ ਇੱਧਰ ਨੂੰ ਬੈਂਦੇ ਹੁੰਦਾ, ਇੱਧਰ ਵਜਾ। ਇੱਧਰ ਕੀ ਆ? ਓਹੋ ਮਾੜਾ ਹੁੰਦਾ ਗਾ, ਕਹਿੰਦੇ ਪਤੀ ਪਰਮੇਸ਼ਰ ਹੁੰਦਾ ਜਿਹੜਾ, ਉਹ ਸਰਾਣੇ ਕੰਨੀ ਬੈਂਦਾ ਸੋਹਣਾ ਲੱਗਦਾ। ਹੋਰ ਫਿਰ ਉਹੀ ਕੁਛ ਤਾਂ ਇਹਨੂੰ ਮੈਂ ਸਿਖਾਉਣੀ ਆ ਵੀ ਮੇਰੇ ਵਾਲੇ ਚੱਜ ਸਿੱਖ ਲੈ, ਇਹ ਅੱਜ ਕੱਲ ਦੀ ਕਾਹਨੂੰ ਸਿੱਖਦੀ ਆ ਕੁਛ। ਬੇਬੇ ਲਾ ਲਾ ਝਾੜੂ। ਕੀ ਗੱਲ ਹੋਗੀ ਭਾਈ, ਮੈਨੂੰ ਦੱਸੋ। ਬਾਪੂ ਕੁਛ ਨੀ, ਕਹਿੰਦੀ ਨਵਾਂ ਸੂਟ ਪਾ ਰੱਖਿਆ ਨਾ, ਚੂੜਾ ਪਾ ਰੱਖਿਆ, ਇਹ ਕਾਹਤੋਂ ਪਾਇਆ ਘਰੇ? ਕਹਿੰਦੀ ਮੈਂ ਓਹੋ ਜੀ, ਮੈਂ ਤਾਂ ਇਹ ਗੱਲ ਕਰਦੀ ਆ ਵੀ ਇੰਨਾ ਮਹਿੰਗਾ ਸੂਟ ਘਰੇ ਪਾ ਲੈਂਦੀ ਹੈ। ਲੈ ਫਿਰ ਉਹ ਤਾਂ ਉਹੀ ਗੱਲਾਂ ਕਰੀਆਂ ਨੇ ਕੱਚੀਆਂ ਜੀ,
ਜੇ ਕੁੜੀ ਨੂੰ ਘਰੇ ਪਾਲੇ ਫਿਰ ਗੱਡੀ ਕਰ ਲਾਂਗੇ, ਜਦੋਂ ਵਿਆਹ ਹੋਊਗਾ ਉਦੋਂ ਫਿਰ ਹੋਰ ਆਜੂਗਾ। ਲੈ ਹੋਰ ਆਜੂਗਾ ਨਾ, ਮੁੰਡੇ ਨੂੰ ਨੰਗ ਕਰਨਾ, ਕਮਾਈ ਕਿਤੇ ਊਈ ਬਣਦੀ ਆ, ਦਸਾਂ ਨੌਹਾਂ ਦੀ ਕਮਾਈ ਮਸਾਂ ਬਣਦੀ ਆ, ਹੱਡ ਕਾਲੇ ਕਰਨੇ ਪੈਂਦੇ ਨੇ। ਜੇ ਹੱਡ ਕਾਲੇ ਕਰਨੇ ਪੈਂਦੇ ਆਪਾਂ ਕਿਹਦੇ ਮਾਰੇ ਕਰਦੇ, ਇਹਨਾਂ ਦੇ ਮਾਰੀ ਕਰਦੇ ਆਗੇ, ਪਰਮਾਤਮਾ ਦਿੱਤਾ ਆਪਣੇ ਕੋਲ ਸਾਰਾ ਕੁਛ ਆ, ਸੂਟ ਦੀ ਕਿੱਡੀ ਗੱਲ ਆ ਗਈ, ਦੋ ਪਾ ਲੂ, ਚਾਰ ਪਾ ਲੂ, ਛੀ ਪਾ ਲੂ, ਛੀ ਮਹੀਨੇ ਚ ਫਿਰ ਕਿੱਡੀ ਗੱਲ ਹੁੰਦੀ, ਐਂ ਖਾਣ ਪੀਣ ਨਾਲ ਨੀ ਕੁਛ ਹੁੰਦਾ, ਤੇ ਨਾ ਕੱਪੜੇ ਪਾਉਣ ਨਾਲ, ਕੱਪੜੇ ਜੇ ਚੰਗੇ ਪਾਓ ਫੇਰ ਹੀ ਆ, ਨੀ ਕੱਲ ਨੂੰ ਅਗਲਾ ਕੋ ਫਰਾਨੇ ਦੀ ਆ, ਆਹੀ ਸੂਟ ਪਾ ਕੇ ਫਿਰਦੀ ਰਹਿੰਦੀ ਆ। ਓਹੋ ਜੀ ਐਂ ਨੀ ਗੱਲ ਕਰਦੀ ਮੈਂ, ਨਾਲੇ ਇਹਨੂੰ ਬਾਹਲੇ ਸਿਰ ਤੇ ਨਾ ਚੜਾ, ਮੇਰੇ ਸਿਰ ਚ ਗਲੀਆਂ ਕਰ ਦੂਗੀ, ਆ ਜਿਹੜੇ ਸਹੁਰੇ ਹੁੰਦੇ ਆ ਨਾ ਤੁਹਾਡੇ ਵਾਂਗੂ ਹਨਾ, ਤੇ ਚਮੜਾ ਚਮੜਾ ਕੇ ਚਮੜਾ ਚਮੜਾ ਕੇ ਜਮਾ ਟੀਸੀ ਦਾ ਬੇਰ ਬਣਾ ਦਿੰਦੇ ਨੇ, ਫਿਰ ਉਹਨੂੰ ਮੇਰੇ ਵਰਗੀ ਲਾਉਂਦੀ ਆ ਮਾਰ ਕੇ ਡਲਾ ਥੱਲੇ। ਨਾ ਹੁਣ ਤੇਰਾ ਕਹਿਣ ਦਾ ਮਤਲਬ ਇਹਨੂੰ ਚਮੜਾਉਣਾ, ਮੇਰੀ ਧੀ ਆ, ਮਾਂ ਦੀ ਧੀ ਨੂੰ ਦੋ ਸੂਟ ਨਹੀਂ ਲਗਾ ਦੇ ਸਕਦਾ। ਨੂਹਾਂ ਕੋਈ ਧੀਆਂ ਨੀ ਬਣਦੀਆਂ ਜੀ। ਆਹੀ ਫਰਕ ਆ ਤੇਰੇ ਚ, ਜੇ ਕੋਈ ਬਣਾਵੇ ਨਾ ਨੂਹਾਂ ਨੂੰ ਧੀਆਂ ਵੀ ਬਣ ਜਾਂਦੀਆਂ ਗੀ, ਆਸੇ ਘਰ ਚ ਤੇਰੇ ਚ ਫਰਕ ਆ, ਇੱਥੇ ਤੂੰ ਮਾਰ ਖਾਨੀ ਆ ਗੀ, ਪਤਾ ਜਦੋਂ ਕੋਈ ਚੀਜ਼ ਦੀ ਲੋੜ ਹੁੰਦੀ ਹੈ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ, ਇੱਕ ਦੇ ਭਾਵੇਂ ਚਾਰ ਸੂਟ ਲਿਆਈ ਕੋਈ ਗੱਲ ਨੀ, ਤੁਹਾਨੂੰ ਲਹਿੰਗਾ ਦਿਆ ਤੂੰ, ਹੋਰ ਦੱਸ। ਹਾਂ ਬਾਪੂ ਮੈਂ ਚਾਚੇ ਨੂੰ ਦੇ ਦਿਆ ਤੇ ਲਹਿੰਗੇ ਲੈ ਕੇ ਆਉਂਗੀ। ਮਾਂ ਬਾਪ ਉਧਰ ਲਾਚੇ ਚੁੱਪ ਰਹਿ ਜਾ ਤੂੰ, ਕੋ ਬੋਲੀ ਜਾਂਦੀ ਆ, ਪਤਾ ਇੱਕ ਮੈਨੂੰ ਦੱਸ ਇੱਕ ਨਾ ਆਪਾਂ ਗੱਲ ਕਰਨੀ ਤੇਰੇ ਨਾਲ, ਮੈਂ ਕੋਈ ਬਹਾਨਾ ਦਿੰਦਾ ਜੀ ਆਪਾਂ ਨੂੰ ਗਹਿਣੇ ਫਿਰ ਲੈ ਲਓ ਬਾਪੂ ਤੁਸੀਂ, ਤੇ ਨਾਲੇ ਚ ਕੀ ਫਾਇਦਾ ਆਪਾਂ ਨੂੰ ਗਹਿਣੇ ਲੈ ਚ, ਉਹ ਗਹਿਣੇ ਚਾਹੇ ਜੇ ਆਪਾਂ ਅੱਜ ਬੈ ਲੈਣੇ ਆਗੇ ਬੈ ਆਪਾਂ ਨੂੰ 25 30 ਲੱਖ ਦਾ ਮਿਲੂਗਾ, ਤੇ ਜੇ ਬੈ ਲੈ ਕੇ ਆਪਾਂ 20 ਲੱਖ 25 ਦਾ ਮਿਲੂਗਾ, ਜੇ ਬੈ ਲੈ ਕੇ ਆਪਾਂ ਠੇਕੇ ਤੇ ਵੀ ਲਾਵਾਂਗੇ 75,000 ਚਾ 6,000 ਨੂੰ ਠੇਕੇ ਤੇ ਲੱਗਦਾ, ਜੇ ਉਹ ਹੁਣ ਆਪਾਂ 5 ਲੱਖ ਦੇ ਗਹਿਣੇ ਲਾਵਾਂਗੇ ਤੇ ਠੇਕੇ ਤੇ ਫਿਰ 20 ਪੈਸੇ ਲੱਗਣਗੇ, ਮੇਰਾ ਮਤਲਬ ਇਹ ਆ ਵੀ ਆਪਾਂ ਜਿੱਥੇ ਉਹਨਾਂ ਬੈ ਲਵਾਂਗੇ ਆਪਾਂ ਗਹਿਣੇ ਲੈ ਲੈਣੇ ਨਾਲੇ 5-4 ਕਿੱਲੇ ਆ ਜਾਣਗੇ ਤੇ ਆਮਦਨ ਦੁੱਗਣੀ ਹੋਊਗੀ। ਚਾ ਫਿਰ ਤਾਂ ਠੀਕ ਆ ਬਾਪੂ ਲੈ ਲਓ ਫਿਰ, ਰਹਿਣ ਤੇ ਲੈਣਾ ਨਹੀਂ, ਲੈ ਲਓ ਬਾਪੂ, ਜਰਤ ਨੇ ਹੁੱਬ ਕੇ ਕਹਿੰਦੀ ਆ ਨਾ, ਇਹਨੂੰ ਕਹਦਾ ਪਤਾ ਦੁਨੀਆਦਾਰੀ ਦਾ, ਹੈ ਦੁਨੀਆਦਾਰੀ ਤੋਂ ਪਹਿਲਾਂ ਮੈਂ ਦੇਖੀ ਆ। ਉਹ ਕੀ ਫੇ ਪੁੱਛੇ ਜਾਣਾ, ਬੰਦਾ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਉਹਨੂੰ ਵੱਧ ਪਤਾ ਹੁੰਦਾ, ਆਪਾਂ ਤਾਂ ਹੁਣ ਘੱਟ ਪੜ੍ਹੇ ਲਿਖੇ ਆ, ਇਹ ਜ਼ਿਆਦਾ ਪੜ੍ਹੀ ਲਿਖੀ ਆ। ਗਦੀ ਵੀ ਕੋਸ ਪੜ੍ਹੀ ਆ, ਇਹ ਕੀ ਪੜ੍ਹੀ ਆ, ਇਹ ਚਾਰ ਕਲਾਸਾਂ ਪੜ੍ਹ ਕੇ ਆਏ, ਤੈਨੂੰ ਪਤਾ ਨਹੀਂ ਲੱਗਦਾ ਵੀ ਕੰਮ ਕਰਨ ਵੇਲੇ ਕਿਹੜਾ ਸੂਟ ਪਾਈਦਾ, ਪਾਟੇ ਜਿੱਤੇ ਕੱਪੜੇ ਪਾਉਂਦੀ ਸੀ ਮੈਂ। ਉਹ ਪਹਿਲਾਂ ਪਾਉਂਦੇ ਸੀ ਹੁਣ ਨਹੀਂ ਪਾਉਂਦੇ, ਹੁਣ ਜਿਹਦੇ ਮਰਜ਼ੀ ਕਰੇ ਵੱਜਦਾ, ਆਹੀ ਤਾਂ ਤੇਰੇ 'ਚ ਫਰਕ ਆ, ਹੁਣ ਨਾ ਤੂੰ ਓਕੇ ਵਧੀਆ ਫੇਰ ਰੋਟੀ ਟੁੱਕ ਕਰਦੇ, ਪਹਿਲਾਂ ਆ ਨਹੀਂ ਆ ਲੈ ਕੇ ਮੈਂ ਉਤੋਂ ਫਿਰਦੇ ਆ ਜੀ, ਆਹੀ ਦੇ ਫਰਕ ਆ ਹੁਣ ਜੀ। ਮੇਰੀ ਗੱਲ ਸੁਣ, ਹੁਣ ਦਿਨਾਂ ਦੇ ਪੱਲੇ ਵੇਲੇ ਕੱਖ ਨਹੀਂ ਹੁੰਦਾ, ਕੱਲੇ ਸੂਟ ਹੀ ਹੁੰਦੇ ਨੇ, ਪਹਿਲਾਂ ਵਾਲੇ ਮੇਰੇ ਤਾਂ ਹਜੇ ਤੱਕ ਰਜਾਈਆਂ 'ਚ ਪੈਸੇ ਪਏ ਹੋਣਗੇ, ਨਗੰਦਿਆਂ 'ਚ ਸੌਂਕਤੇ। ਬਸ ਫਿਰ ਮੈਂ ਤਾਂ ਬਾਹਰ ਲਾਉਂਗਾ ਜਾਂ ਵਗ ਜਾ, ਕਿਉਂ ਮੈਂ ਤਾਂ ਜਾਵਾਂ, ਮੈਂ ਤਾਂ ਕੋਈ ਜਾਂਦੀ ਨਹੀਂ, ਮੇਰਾ ਘਰ ਆ ਇਹ। ਹਾਂ ਤੇ ਮੈਂ ਆਪ ਵੀ ਗਈ ਜਾਂਦੀ ਬਾਹਰ, ਜੋ ਵੀ ਵਗਿੰਦਾ ਵਗ ਜਾਏ, ਅਸੀਂ ਬਾਹਰ ਲੈਣਾ ਸੀ ਤਾਂ ਲੈਣੀ ਲੈਣਾਗਾ ਨਾ, ਮੈਨੂੰ ਭੇਜ ਕੇ ਰਾਜੀ ਆ ਹੈ, ਤੇ ਮੈਂ ਕਦੋਂ ਕਹਿ ਜਾਣ ਨੂੰ ਤੂੰ ਕਹਿ ਰਹੀ ਮੈਂ ਵਗ ਜਾਊਂਗੀ। ਹੁਣ ਜੀ ਤੈਨੂੰ ਐ ਹੋ ਗਿਆ ਵੀ ਮੇਰੀ ਨੂੰਹ ਆ ਗਈ, ਮੈਨੂੰ ਰੋਟੀਆਂ ਤਾਂ ਇਹੀ ਪਕਾ ਕੇ ਦੇ ਦਿਆ ਕਰੂ, ਸਾਰੀ ਜ਼ਿੰਦਗੀ ਮੇਰੇ ਹੱਥ ਦੀਆਂ ਰੋਟੀਆਂ ਖਾਧੀਆਂ ਨੇ। ਹੁਣ ਜੀ ਤੇਰੀ ਖਾਧੀਆਂ, ਅਸੀਂ ਤੈਨੂੰ ਕਿਹੜਾ ਮਾੜੀ ਗੱਲ ਕਹੇ, ਬਾਹਾਂ ਹੀ ਲੈਣੇ ਆ, ਮੁੜ ਕੇ ਅਗਲਾ ਪੈਸੇ ਨਹੀਂ ਦਿੰਦਾ, ਕੁਛ ਪੈਸੇ ਕਿਹਨੂੰ ਦਿੰਦਾ, ਜਦੋਂ ਅਸੀਂ ਸਾਰਾ ਕੁਛ ਕਰਾਂਗੇ ਪੱਕਾ ਕੰਮ ਪੈਸੇ ਦਿੰਦਾ, ਇੱਕ ਵਾਰੀ ਕਹਿ ਦਿੰਦੇ ਆ ਬਾਹਰ ਦੇ ਤੇ ਲੋਕ ਕਰਾ ਦਾਂਗੇ। ਬਾਪੂ ਇਹਨੇ ਆਪਾਂ ਨੂੰ ਸਾਰੇ ਟੱਬਰ ਨੂੰ ਜੀਣ ਨਹੀਂ ਦੇਣਾ, ਨਹੀਂ ਤੂੰ ਜਾ ਜਵਾਨ ਨਾ ਲੜਾਇਆ ਕਰ, ਮੈਂ ਤੇਰੇ ਜੁੱਤੇ ਠੋਕਣੀ ਆ। ਉਹ ਕੋਦੇ ਮਗਰ ਸ਼ਰਮ ਨਹੀਂ ਮੰਨਦੀ ਜੀ, ਬੋਲਦੀ ਦੇਖ ਕਿਵੇਂ ਫੱਟੇ ਚੜਾ ਰੱਖੀ ਆ ਤੂੰ, ਮੈਂ ਤੈਨੂੰ ਕਿਹਾ ਜੀ ਵੀ ਤੂੰ ਆ ਨੂੰਹ ਨੂੰ ਬਾਹਲਾ ਸਿਰ ਤੇ ਨਾ ਚੜਾਇਆ ਕਰ, ਮੈਂ ਨਾ ਮੈਨੂੰ ਉੱਚੀ ਬੁਲਵਾ ਕਰਾ, ਗਲ ਦੁਖਣ ਲੱਗ ਜਾਂਦਾ ਮੇਰਾ। ਤੂੰ ਆਪ ਹੀ ਬੋਲੀ ਜਾਂਦੀ, ਉਹ ਤੈਨੂੰ ਕੀ ਕਹਿੰਦੇ ਆ, ਇੱਕ ਸਿਆਪਾ ਥਰਡ ਦੀ ਬਿਮਾਰੀ ਆ ਦੇਖ ਲਾ, ਐਡਾ ਹੋਇਆ ਪਿਆ, ਦਵਾਈ ਬੂਟੀ ਦਵਾ ਕੇ ਲਿਆ ਦੇ,
ਆ ਗਹਿਣੇ ਦੋ ਜ਼ਮੀਨਾਂ ਤੇ ਰੁਪਏ ਖਰਾਬ ਕਰੀ ਜਾਂਦਾ ਰਹਿੰਦਾ ਪਤਾ ਨੀ ਯਾਰ ਇਹਨਾਂ ਦੇ ਸੀ ਮੈਂ ਪੰਜ ਸੀ ਕੇ ਦੇਖ ਲੈ ਮੈਂ ਭੋਗ ਦੇ ਗਿਆ ਸੀ ਬਾਹਰ ਥਰਡ ਫੂਡ ਨਾਲ ਕਈ ਲੋਕ ਮਰ ਗਏ ਤੈਨੂੰ ਜਿੱਦਾਂ ਥਰਡ ਪਤਾ ਤੂੰ ਮਰਦੇ ਨੀ ਸੁੱਕਦੇ ਨੀ ਪਤਾ ਕੀ ਹੋਇਆ ਮੈਨੂੰ ਕੰਜਰਾ ਨਾ ਬੋਲਾ ਨਾ ਬੋਲਾ ਬੇਸਨ ਚ ਘੋਲ ਕੇ ਉਹ ਲਾ ਲੈਣੀ ਹੁੰਦੀ ਹੈਗੀ ਹਾਂ ਤੂੰ ਹੀ ਦੱਸਦਾ ਉਹਨਾਂ ਦੇਸੀ ਨੁਕਤਾ ਦੇਸੀ ਨੁਕਤਾ ਤੂੰ ਵੱਤ ਨੂੰ ਹਟ ਗਈ ਤੂੰ ਮੈਨੂੰ ਦੱਸ ਗਈ ਮੇਰੀ ਸਹੇਲੀ ਬੇਬਸ ਕਰ ਜਾ ਮੈਨੂੰ ਤਾਂ ਬਿਨਾਂ ਗੱਲ ਤੋਂ ਬਦਨਾਮ ਕਿ ਤੂੰ ਗਿਲ ਉੱਚੀ ਕਾ ਬਦਨਾਮ ਮੈਨੂੰ ਤਾਂ ਉਹੀ ਬਦਨਾਮ ਕਰੀ ਜਾਂਦਾ ਰਹਿੰਦਾ ਮੇਰਾ ਬੀਪੀ ਲੋ ਹੋ ਜਾਂਦਾ ਮੈਨੂੰ ਉਹ ਹਰੀਆਂ ਦੀਆਂ ਗੋਲੀਆਂ ਲੈ ਉਹਨਾਂ ਨੇ ਵੀ ਨੀ ਕੰਮ ਕਰਨਾ ਹਰੀਆਂ ਹੋਰੀਆਂ ਨੇ ਬੇ ਲਿਆ ਜੇ ਤੂੰ ਵੀ ਖਰਾ ਕੇ ਜੀ ਲਿਆ ਕੇ ਦਿੰਦਾ ਉਹ ਕਾਕੇ ਡਾਕਟਰ ਤੋਂ ਲਿਆ ਦੇ ਲਿਆ ਦਿੰਦਾ ਗਾ ਜਦੋਂ 24 ਘੰਟੇ ਉਹ ਰਹਿੰਦਾ ਗਾ ਉਹ ਰਹਿੰਦਾ ਗਾ ਆ ਬਾਣ ਬੂਣ ਜਾਂ ਨਾ ਖਰੀਦੀ ਮੈਂ ਕਹਿਤਾ ਤੈਨੂੰ ਜੀ ਮੇਰੀ ਗੱਲ ਸੁਣ ਲਿਆ ਕਰ ਮੰਨ ਲਿਆ ਕਰ ਸਿਆਣੇ ਦਾ ਕਿਹਾ ਹੌਲੇ ਦਾ ਕਿਹਾ ਕਹਿੰਦੇ ਖਾਧਾ ਮਾਗਰੋ ਸਵਾਦ ਆਉਂਦਾ ਹੁੰਦਾ ਇਹ ਵੀ ਨੀ ਸੁਣਦਾ ਮੇਰੀ ਗੱਲ ਲੈ ਮੂੰਹ ਦੀਆਂ ਉਂਗਲਾਂ ਤੇ ਚੜਿਆ ਫਿਰਦਾ ਵਾ ਸਾਰੀ ਉਮਰ ਤਾਂ ਮੇਰੀਆਂ ਗੱਲਾਂ ਮੰਨੀਆਂ ਨੇ ਹੈ ਅੱਜ ਉਹਦੀ ਮੰਨਣ ਲੱਗ ਗਿਆ ਆਉਣ ਦੇ ਮੇਰੇ ਪੁੱਤ ਨੂੰ ਚੰਨੀ ਨੂੰ ਕਰਦੀਆਂ ਮੈਂ ਗੱਲ ਉਹਦੇ ਨਾਲ ਲੈ ਹੁਣ ਪੁੱਤ ਆਹ ਲੈ ਮੈਂ ਤਾਂ 5,000 ਰੁਪਏ ਲਿਆਈ ਕੱਪੜੇ ਰੋਟੀ ਖਾਣ ਦੇ ਕੀ ਹੋ ਗਿਆ ਤੈਨੂੰ ਨਾ ਬੇ ਪੁੱਤ ਸਾਰਾ ਦਿਨ ਤੂੰ ਅਮਨ ਦੀ ਗੋਦੀ ਚ ਬੈਠਾ ਰਹਿਣਾ ਪੁੱਤ ਮਾਂ ਦਾ ਵੀ ਖਿਆਲ ਕਰ ਲਿਆ ਕਰ ਤੈਨੂੰ ਪਾਲ ਪੜੋਸ ਕੇ ਐਡਾ ਵੱਡਾ ਕੀਤਾ ਹੈ ਦੱਸ ਬੇਬੇ ਗੱਲਾਂ ਕਹੇ ਗਾ ਮੈਂ ਜਵਾਬ ਆਊਗਾ ਮੈਂ ਗੋਦੀ ਚ ਬੈਠੂਗਾ ਲੈ ਪੁੱਤ ਸਾਰਾ ਦਿਨ ਤਾਂ ਤੂੰ ਅਮਨ ਅਮਨ ਕਰਦਾ ਰਹਿੰਦਾ ਹੈ ਮਾਗਰ 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 ਉਹਦੇ ਉੱਧਰ ਜਾਂਦੇ ਤਾਂ ਵੀ ਮਾਗਰ ਇੱਧਰ ਜਾਂਦੇ ਤਾਂ ਵੀ ਮਾਗਰ ਪੁੱਤ ਮਾਂ ਤੈਨੂੰ ਬੈਠੀ ਦਿਸਦੀ ਨੀ ਉਹ ਫਿਰ ਮਾਂ ਰੋਟੀ ਪਾਣੀ ਚਾਹ ਸਾਰਾ ਕੁਛ ਉਹੀ ਲਿਆ ਕਹਿੰਦਾ ਉਹਨੇ ਕਹੂੰਗਾ ਹੁਣ ਤੈਨੂੰ ਥੋੜੀ ਕੋਲ ਤੂੰ ਕੰਮ ਕਰਦੀ ਚੰਗੀ ਲੱਗਦੀ ਹੈ ਮੇਰੇ ਕੋਲੇ ਬੈਠ ਕੇ ਰੋਟੀ ਖਾਵੇ ਮੈਨੂੰ ਵੀ ਹੌਸਲਾ ਹੋਵੇ ਨਾਲੇ ਮਾਂ ਕੋਲੇ ਬਹਿ ਕੇ ਰੋਟੀ ਖਾਵੇ ਪੁੱਤ ਰੋਟੀ ਲੱਗਦੀ ਹੈ ਕੋਲੇ ਨਾਲ ਦਿਖਾ ਲਿਆ ਕਰੂੰਗਾ ਮੈਨੂੰ ਤਾਂ ਕੋਈ ਨੀ ਸਿਆਣਦਾ ਹੈਗਾ ਸਭ ਅਮਨ ਨੂੰ ਪੁੱਛਦੇ ਨੇ ਹਰੇਕ ਗੱਲ ਚਾਰ ਅੱਖਰ ਪਤਾ ਨੀ ਕੀ ਪੜ੍ਹੀ ਪਤਾ ਨੀ ਸਕੂਲ ਮੂਲ ਦੀ ਟੱਪੀ ਹੈ ਪਤਾ ਨੀ ਨਾ ਹਰੇਕ ਗੱਲ ਉਹਨੂੰ ਪੁੱਛਣਗੇ ਆ ਪਹਿਲਾਂ ਤੇਰਾ ਬਾਪੂ ਰੋਣ ਵਾਲੀ ਇਹ ਚ ਕੀ ਗੱਲ ਹੈ ਬੇ ਪੁੱਤ ਰੋਣੀ ਤਾਂ ਮੈਂ ਤਾਂ ਗੀ ਮੇਰੀ ਤਾਂ ਕਦਰ ਹੀ ਨਹੀਂ ਰਹੀ ਇਸ ਘਰ ਚ ਲੈ ਕਿਉਂ ਨੀ ਕਦਰ ਬੇਬੇ ਇੰਨੀ ਤੇਰੀ ਕਦਰ ਹੈ ਸਾਰੀ ਗੱਲ ਤੈਨੂੰ ਪੁੱਛ ਕੇ ਕਰਦੇ ਆ ਕੌਣ ਪੁੱਛਦਾ ਪੁੱਤ ਮੈਨੂੰ ਤੂੰ ਤਾਂ ਸਾਰਾ ਦਿਨ ਬਾਹਰ ਫਿਰਦਾ ਰਹਿੰਦਾ ਗਾ ਹੈ ਆ ਤੇਰੇ ਬਾਪੂ ਨੇ ਤਾਂ ਆਪ ਇਹਨੂੰ ਸਿਰ ਤੇ ਚੜਾ ਰੱਖਿਆ ਉੱਤੋਂ ਤੂੰ ਉਹਨਾਂ ਤੂੰ ਸਿਰ ਤੇ ਚੜਾ ਰੱਖਿਆ ਇਹਨੂੰ ਚੱਲ ਕੋਈ ਗੱਲ ਨੀ ਤੈਨੂੰ ਸੁਣ ਲੈ ਤੇਰੀ ਸੁਣ ਲੈ ਕਰਾਂਗੇ ਆ ਤੂੰ ਮੁਸਲਮ ਬਲੈਕਮੇਲ ਜੇ ਨਾ ਕਰਨ ਲਈ ਲੋਸਨ ਪੁੱਤ ਮੈਂ ਤਾਂ ਲੋਸਨ ਲਾਈ ਨੀ ਕਦੇ ਨਾਲੇ ਆ ਬਲੈਕਮੇਲ ਕਦੋਂ ਲਾਉਣੀ ਪੁੱਤ ਮੈਂ ਤਾਂ ਉਹ ਲਾਉਣੀ ਜਿਹੜਾ ਕੰਡਿਆ ਜਾਲਾ ਹੁੰਦਾ ਹੈ ਉਹ ਬੇਬੇ ਉਹ ਰੋਸ਼ਨ ਦੀ ਨੀ ਗੱਲ ਕਰਦਾ ਮੈਂ ਤੂੰ ਮੁਸਲਮ ਬਲੈਕਮੇਲ ਨਾ ਕਰ ਉਹ ਕੀ ਹੁੰਦਾ ਪੁੱਤ ਉਹ ਕੁਛ ਨੀ ਹੁੰਦਾ ਬੇਬੇ ਤੇਰਾ ਬਾਪੂ ਕਹਿੰਦਾ ਸੀ ਉਹ ਬਾਹਣ ਜਾ ਗਹਿਣੇ ਲੈਣ ਨੂੰ ਕਹਿੰਦਾ ਸੀਗਾ ਆ ਨਾਲ ਲੱਗਦਾ ਜਿਹੜਾ ਉਹਨਾਂ ਦਾ ਹਾਂ ਵਧੀਆ ਫਿਰ ਲੈ ਲੈਣੇ ਕਹਿਣਾ ਨੇੜੇ ਨਾਲੇ ਆਪਾਂ ਲੈ ਪੁੱਤ ਤੂੰ ਵੀ ਉਹ ਸਿਆਲੀਆਂ ਗੱਲਾਂ ਕਰਨ ਲੱਗ ਗਿਆ
ਮੈਂ ਤੈਨੂੰ ਐ ਕਹਿਣੀ ਆ ਵੀ ਤੇਰੇ ਬਾਪੂ ਨੂੰ ਰੋਕ ਲਾ ਮਾੜਾ ਮੋਟਾ, ਨਾ ਉਹਨਾਂ ਨਾਲ ਪੰਗਾ ਲੈ ਕੇ, ਹੈ ਨੀ ਬੰਦੇ ਕੰਮ ਦੇ ਉਹ। ਆ ਬੰਦੇ ਠੀਕ ਠਾਕ ਜੀ, ਇਹ ਬੰਦੇ ਤਾਂ ਬੇਕਾਰ ਹੀ ਆ। ਕਿਹੜਾ ਪੁੱਤ, ਤੇਰੇ ਦਾਦੇ ਨੇ ਪਹਿਲਾਂ ਬਹਾਣਾ ਹੀ ਗਹਿਣੇ ਲੈ ਲਿਆ ਸੀ ਤੇ ਇਹਨਾਂ ਨੇ ਪੈਸੇ ਨਾਲੇ ਕਈਆਂ ਦੇ ਮੁੱਕਰ ਗਏ, ਪਹਿਲਾਂ ਆਪਣੇ ਵੀ ਮੁੱਕਰ ਗਏ ਸੀ ਮੈਨੂੰ ਤਾਂ ਪਤਾ ਹੈ, ਤੇ ਇਹ ਉਹਨਾਂ ਨੂੰ ਫੇਰ ਫਸੀ ਜਾਂਦਾ। ਨਾਲੇ ਇਹ ਕਿੰਨਾ ਕੁ ਚਿਰ, 50,000 ਤਾਂ ਨਾਲੇ ਰਜਿਸਟਰੀ ਤੇ ਲੱਗ ਜੂਗਾ, 5,00,000 ਕਹਿੰਦੇ ਨੇ। ਹਾਂ ਉਹ ਲੱਗਦੇ ਜਾਣਗੇ, ਫਿਰ ਕੀ ਬਚੂਗਾ ਪੁੱਤ? ਬਚਣਾ 2 ਸਾਲਾਂ ਠੇਕਾ ਚੱਲਾ ਆ। ਓਹੋ ਪੁੱਤ, ਠੇਕੇ ਠੋਕੇ ਦੀਆਂ ਗੱਲਾਂ ਛੱਡ ਤੂੰ, ਨਾਲੇ ਉਹ ਤਾਂ ਹੁਣ ਪਿਆਗਾ ਮੰਜੇ ਚ ਜਿਹਤੋਂ ਜ਼ਮੀਨ ਲੈਣੀ ਆ ਗਹਿਣੇ, ਹੈ ਤੇ ਉਹਦਾ ਕੀ ਪਤਾ ਕਦੋਂ ਮੁੱਕ ਜੇ, ਉਹ ਤਾਂ ਸਾਹਾਂ ਤੇ ਪਿਆ। ਤੇ ਨਾਲੇ ਮੁੰਡੇ ਉਹਦੇ ਪਤਾ ਕਿੰਨੇ ਭੈੜੇ ਨੇ ਪੁੱਤ, ਤੁਹਾਡੇ ਨਾਲ ਬੈਰ ਪਾ ਲੈਣਗੇ, ਮੈਂ ਤਾਂ ਰੋਕਦੀ ਆ, ਤੂੰ ਕਹਿ ਤੇਰੇ ਬਾਪੂ ਨੂੰ। ਚੱਲ ਠੀਕ ਹੈ ਫਿਰ, ਨਾ ਲਵਾਂਗੇ, ਚੱਲ ਫਿਰ ਹੋਰ ਦੇਖ ਲਾਂਗੇ, ਫਿਰ ਕੋਈ ਹੋਰ ਕੰਮ ਹੈ ਨੀ, ਕੋਈ ਹੋਰ ਲੈ ਲੈ ਬੈ। ਮੈਂ ਤਾਂ ਐ ਕਹਿੰਦੀ ਆ ਵੀ ਊ ਮੁੱਲ ਖਰੀਦ ਲਓ, ਆ ਗਹਿਣੇ ਗੁਣੇ ਵਾਲੇ ਸਿਆਪਿਆਂ ਚ ਨਾ ਫਸੋ। ਚੱਲ ਠੀਕ ਆ ਬੇਬੇ, ਫਿਰ ਐ ਕਰ ਲਾਂਗੇ, ਹੋਰ ਕੀ ਹੈ, ਰੋਟੀ ਖਾਣਾ ਫਿਰ। ਰੋਟੀ ਤਾਂ ਖਾ ਲਾ ਪੁੱਤ, ਹੁਣ ਕਹਿਦੇ ਪਿਓ ਦਾ ਭੋਰਾ ਪਾ ਲਿਆ ਕਰੂਗੀ। ਚੰਗਾ ਚੰਗਾ, ਰੁੱਖੀਆਂ ਰੋਟੀਆਂ ਖਵਾਈ ਜਾਂਦੀ ਰਹਿੰਦੀ ਮੇਰੇ ਪੁੱਤ ਨੂੰ। ਲੈ ਹੁਣ ਲੈ ਕੇ ਦਿਖਾਵੇ ਇਹ ਗਹਿਣੇ, ਆ ਨੂੰ ਨੂੰ ਮੇਰੀ ਅੱਡੀ ਚੰਦਰੀ ਨਾ ਮਸੀ ਕਿਤੇ ਨੇ ਕਹਿੰਦੀ ਆ। ਹਾਂ ਹਾਂ ਹਾਂ, ਲੈ ਲਾ ਲੈ ਲਾ ਬਾਪੂ, ਮਸੀ ਆਪਦੇ ਨੰਬਰ ਬਣਾਉਂਦੀ ਸੀ ਵੀ ਪਤਾ ਨੀ ਮੇਰੇ ਕਹਿਣ ਤੇ ਸਾਰਾ ਕੁਛ ਹੋ ਜੂਗਾ, ਨਾਲੇ ਮੈਂ ਇਹ ਕੰਮ ਹੋਣ ਹੀ ਨੀ ਦਿੰਦੀ। ਨੂੰ ਦੀ ਹਾਂ ਤੇ ਮੇਰੀ ਨਾ, ਉਹਦੀ ਨਾ ਤਾਂ ਮੇਰੀ ਹਾਂ, ਬਸ ਐਂ ਚੱਲੀ ਚੱਲੂ, ਐਂ ਚੱਲੀ ਚੱਲੂਗਾ। ਤੇ ਨਾਲੇ ਜਦੋਂ ਮੇਰਾ ਪੁੱਤ ਚੰਨੀ ਮੇਰੀ ਮੁੱਠੀ ਚ ਹੈ ਤੇ ਬੰਦਾ ਤਾਂ ਮੇਰੀ ਮੁੱਠੀ ਚ ਆਪ ਹੀ ਆ ਜੂਗਾ। ਚੱਲ ਦੇਖਦੇ ਆ ਹੁਣ ਫਿਰ ਤੀਰ ਕਿਹੜੇ ਨਿਸ਼ਾਨੇ ਤੇ ਲੱਗਦਾ। ਲੱਭੇ ਦੇਵੀ, ਮੈਂ ਕਦੋਂ ਉਹ ਬਲੈਕ ਮਿਲਣਾ ਕਰ, ਕਿਉਂਕਿ ਮੈਂ ਲੋਸ਼ਨ ਨੀ ਲਾਉਂਦੀ ਨਾ ਬਲੈਕ ਲਾਉਂਦਾ, ਉੱਠੀ ਮਾਰਤੀ ਇਹਦੇ ਤੇ। ਓ ਅਮਨ ਆ ਜਾ, ਰੋਟੀ ਲਿਆ ਦੇ। ਆਏ ਓਏ, ਹਾਂਜੀ ਕੀ ਬੋਲ ਜੇ ਮਾਰੀ ਆਂਦੇ ਸੀ ਤੁਸੀਂ, ਹੁਣ ਇੰਨਾ ਉੱਚੀ ਲੱਗੇ ਪਏ ਸੀ। ਉਹ ਬਹੁਤ ਭੁੱਖ ਲੱਗੀ ਤੇ ਰੋਟੀ ਖਾਣੀ, ਹੋਰ ਕੀ ਆ। ਅੱਛਾ ਰੋਟੀ ਤਾਂ ਮੈਂ ਬਣਾਉਣੀ ਹੈਗੀ, ਰਸੋਈ ਚ ਹੀ ਸੀਗੀ ਮੈਂ। ਅਜੇ ਬਣਾਈ ਨੀ? ਬਣਾਈ ਸੀ, ਪਹਿਲਾਂ ਬੇਬੇ ਨੂੰ ਬਣਾ ਕੇ ਦਿੱਤੀ ਆ, ਕਹਿੰਦੀ ਆਟਾ ਚੱਕ ਦਿਆ ਕਰ, ਠੰਡੀਆਂ ਹੋ ਜਾਂਦੀਆਂ ਨੇ, ਜਦੋਂ ਆ ਜਾਂਦਾ ਉਦੋਂ ਬਣਾ ਦਿਆ ਕਰ। ਉਹ ਪਕਾ ਕੇ ਰੱਖ ਦਿਆ ਕਰੋ ਯਾਰ, ਖਾ ਲਿਆ ਕਰਾਂਗੇ। ਤੇ ਸੱਚ ਬੇਬੇ ਕੀ ਕਹਿੰਦੇ, ਤੁਸੀਂ ਬੇਬੇ ਕੋਲ ਬੈਠੇ ਸੀਗੇ? ਉਹ ਬੇਬੇ ਨੇ ਕੀ ਕਹਿਣਾ, ਕੁਛ ਨੀ ਕਹਿਣਾ, ਮੇਰੇ ਨਾਲ ਉਹ ਹੋਇਆ, ਕਹਿੰਦੇ ਤੂੰ ਕੱਲਾ ਬਹਿ ਕੇ ਰੋਟੀ ਖਾ ਲੈ, ਮੇਰੇ ਨਾਲ ਬਹਿ ਕੇ ਖਾ ਲਿਆ ਕਰ ਰੋਟੀ। ਲੈ ਤੇ ਮੈਂ ਕੱਲੇ ਨੇ ਖਾਣੀ ਹੈ ਰੋਟੀ, ਹੁਣ ਤੂੰ ਤਾਂ ਤੜਕੀ ਖਾ ਲੈਣੀ ਹੈ ਕਿ ਆਈ ਹੈ ਬੇਬੇ, ਦਿਮਾਗ ਖਰਾਬ। ਮੈਨੂੰ ਲੱਗਦਾ ਬੇਬੇ ਦਾ ਦਿਮਾਗ ਖਲ ਰਿਹਾ। ਚੱਲ ਕੋਈ ਗੱਲ ਨੀ, ਹੁਣ ਦੇ ਉਹਨਾਂ ਦੀ ਉਮਰ ਹੋ ਗਈ ਹੈ, ਜਿਹੜੇ ਉਹ ਸੋਚਦੇ ਆ ਅਸੀਂ ਨੀ ਸੋਚ ਸਕਦੇ, ਜਿਹੜਾ ਅਸੀਂ ਸੋਚਦੇ ਆ ਉਹ ਨੀ ਸੋਚ ਸਕਦੇ, ਅਲੱਗ ਅਲੱਗ ਹੁੰਦੇ ਆ। ਮੈਨੂੰ ਵੀ ਕਹੀ ਜਾਂਦੀ ਸੀ ਆ ਤੂੰ ਸੂਟ ਘਰੇ ਪਾਈ ਫਿਰਦੀ ਆ, ਆ ਚਾਚੇ ਦੇ ਮੁੰਡੇ ਦਾ ਵਿਆਹ ਉਦੋਂ ਕੀ ਪਾਵੇਂਗੀ, ਮੈਂ ਚਲੋ ਉਦੋਂ ਹੋਰ ਲੈ ਆਉਂਗੀ। ਲੈ ਤੂੰ ਸਹੀ ਤੇ ਕਹਿੰਦੇ ਬੇਬੇ, ਤੂੰ ਹੋਰ ਪਾਲਾ ਪੁਰਾਣੇ ਜ਼ਰੂਰੀ ਆ, ਤੈਨੂੰ ਵਿਆਹ ਵਾਲੇ ਦਿਨ ਪਾਲੀ। ਲੈ ਤੂੰ ਵੀ ਹੁਣ ਕੰਜੂਸ ਹੋ ਗਿਆ ਮਾਂ ਵਰਗਾ। ਉਹ ਕੰਜੂਸ ਦੀ ਨਹੀਂ ਗੱਲ, ਜਿੱਥੇ ਪੈਸਾ ਬਚਤ ਕਰ ਹੁਣ ਕੀ ਹੋਗਾ ਨਾ, ਉੱਥੇ ਬਚਤ ਕਰ ਲੈਣੀ ਚਾਹੀਦੀ ਬੰਦੇ ਨੂੰ। ਤੇ ਜੋ ਡਾਕਟਰ ਇਹਨੇ ਲੈ ਜਾਂਦੇ ਨੇ ਉਦੋਂ ਵੀ ਬਚਤ ਕਰ ਲਿਆ ਕਰੋ ਨਾ, ਉਦੋਂ ਤਾਂ ਉਹਨਾਂ ਨੂੰ ਦੇ ਦਿੰਦੇ ਹੋਗੇ। ਲੈ ਹੁਣ ਤੂੰ ਉਹ ਡਾਕਟਰ ਨਾਲ ਉਹਦੀ ਉਹ ਗੱਲ ਵੱਖਰੀ ਆ ਯਾਰ, ਕਿੱਥੇ ਲੱਗਣੇ ਉਹ ਤਾਂ ਲੱਗਣੇ ਹੀ ਆ। ਬਸ ਫਿਰ ਮੈਂ ਇੱਕ ਸੂਟ ਹੋਰ ਲਿਆਉਂਗੀ, ਫਿਰ ਕਿਹੜਾ ਖਜ਼ਾਨਾ ਖਾਲੀ ਹੁੰਦਾ ਹੈਗਾ। ਚੱਲ ਠੀਕ ਹੀ ਆ, ਤੁਹਾਡੇ ਨਾਲ ਕੌਣ ਜਦੇ। ਨਾਲੇ ਬੇਬੇ ਕੀ ਸਮਝਾਈ ਜਾਂਦੀ ਸੀ, ਉਹ ਲੋਸ਼ਨ ਜਿਹੀ ਗੱਲ ਕਰੀ ਜਾਂਦੀ ਸੀ, ਹੁਣ ਕਿਹੜਾ ਲੋਸ਼ਨ ਲਿਆ ਕੇ ਦੇਣਾ ਉਹਨੂੰ। ਕੋਈ ਨੀ ਯਾਰ, ਉਹ ਹੋਰ ਪੁੱਠੀ ਮਾਰਦੀ ਆ ਉਹਦੇ। ਕਿਉਂ ਹੋ ਤੇ ਗੱਲਾਂ ਆਪ ਪਤਾ ਨੀ ਕੀ ਬੋਲੀ ਜਾਂਦੀ ਰਹਿੰਦੀ ਅਲੱਗ, ਉਹਦੀਆਂ ਗੱਲਾਂ ਮੈਨੂੰ ਸਮਝ ਆਉਂਦੀ। ਅੱਛਾ ਨਾਲੇ ਸੱਚ ਬਾਪੂ ਨਾ ਪੈਸੇ ਨੂੰ ਕਹਿ ਕੇ ਗਿਆ ਸੀਗਾ। ਕਦ ਵਾਸਤੇ? ਜ਼ਮੀਨ ਨਹੀਂ ਲੈਣੀ। ਜ਼ਮੀਨ
ਬਹਿ ਲੈਣੇ ਹਾਂ ਬਹਿ ਕਹਿੰਦਾ ਸੀ ਪਤਾ ਨੀ ਕਹਿਣੇ ਕਹਿੰਦਾ ਸੀ ਬਾਪੂ ਕਹਿੰਦਾ ਵੀ ਆੜਤੀ ਕੋਲੇ ਜਾ ਆਊਗਾ ਪੈਸੇ ਪੂਸੇ ਲਿਆਊਗਾ ਕਹਿੰਦਾ ਵੀ ਹੁਣ ਤਾਂ ਬਣਦੀ ਬਣ ਜੂਗੀ ਜ਼ਮੀਨ ਉਹ ਗਹਿਣੇ ਕਹਿੰਦਾ ਆਊਗਾ ਉਹ ਗਹਿਣੇ ਲੈਣੇ ਨੀ ਆਪਾਂ ਜੀ ਕਿਉਂ ਗਹਿਣੇ ਨੀ ਲੈਂਦੇ ਬਾਪੂ ਤਾਂ ਕਹਿੰਦਾ ਸੀ ਕਹਿੰਦਾ ਆਪਾਂ ਉਹਨੂੰ ਜ਼ਮੀਨ ਨੂੰ ਲੈ ਕੇ ਉਹੀ ਆਪਣਾ 2 ਸਾਲਾਂ ਚ ਠੇਕਾ ਪੂਰਾ ਹੋ ਜੂਗਾ ਉਹ ਪੂਰਾ ਤਾਂ ਹੋ ਜੂਗਾ ਪਰ ਉਹ ਆ ਕੀ ਨਾਮ ਹੈ ਇਹਦਾ ਉਹ ਬੰਦੇ ਬੇਕਾਰ ਆ ਲੈ ਬੰਦੇ ਬੇਕਾਰ ਆਪਾਂ ਬੰਦਿਆਂ ਨੂੰ ਕੀ ਲੈਣਾ ਉਹ ਮੁੜ ਕੇ ਕਾਗਜ਼ਾਂ ਨਹੀਂ ਦੇਣਾ ਉਹਨਾਂ ਨੇ ਜ਼ਮੀਨ ਤਾਂ ਉਹਦਾ ਬਾਪੂ ਕਹਿ ਰਿਹਾ ਹੈ ਉਹਨੇ ਕਰਨੀ ਹੈ ਗਹਿਣੇ ਉਹ ਮੁੜ ਕੇ ਉਹ ਕਾਗਜ਼ਾਂ ਨਹੀਂ ਹੋਰ ਨੂੰ ਠੇਕੇ ਦੇਣ ਨਹੀਂ ਦਿੰਦੇ ਕਹਿੰਦੇ ਵੀ ਉਹ ਆਪ ਹੀ ਠੇਕੇ ਤੇ ਲੈਣਗੇ ਮੁੜ ਕੇ ਫਿਰ ਔਖਾ ਛੁਡਾਉਣੀ ਔਖੀ ਹੋ ਜੂ ਫਿਰ ਮੁੜ ਕੇ ਪੈਸੇ ਵੀ ਨਹੀਂ ਦੇਣੇ ਮੁੜ ਕੇ ਨਾ ਠੇਕਾ ਮੈਨੂੰ ਲੱਗਦਾ ਨਾ ਬੇਬੇ ਨੇ ਕੰਨ ਤੇਰੇ ਵੀ ਭਰਤੇ ਉਹ ਨਹੀਂ ਭਰੇ ਹੋਰ ਫਿਰ ਨਹੀਂ ਨਹੀਂ ਭਰੇ ਬੇਬੇ ਕਹੀ ਤਾਂ ਜਾਂਦੀ ਸੀ ਮੈਂ ਸੁਣੀ ਜਾਂਦੀ ਸੀ ਖੜੀ ਉਹ ਪਰ ਸਹੀ ਕਹਿੰਦੀ ਹੈ ਕਈ ਵਾਰੀ ਬੰਦੇ ਪਤੀ ਆਹੋ ਬੇਬੇ ਨੂੰ ਪਤਾ ਕਾਹਦਾ ਬੇਬੇ ਤਾਂ ਉਹਨਾਂ ਨਾਲ ਮਾਰੀ ਜਾਂਦੀ ਰਹਿੰਦੀ ਹੈ ਕਿ ਹਰ ਇੱਕ ਗੱਲ 'ਚ ਉਹ ਮੰਨ ਵੀ ਲੈਣੀ ਚਾਹੀਦੀ ਕਦੋਂ ਸਾਰਾ ਚੀਜ਼ ਉਹ ਲੈਣੀ ਚਾਹੀਦੀ ਹੈ ਜੇ ਸਾਰਾ ਪਰਿਵਾਰ ਰਾਜ਼ੀ ਹੋਵੇ ਕੱਲੀ ਬੇਬੇ ਨਹੀਂ ਰਾਜ਼ੀ ਸਾਰੇ ਰਾਜ਼ੀ ਨੇ ਬੇਬੇ ਦੇ ਪਤਾ ਨਹੀਂ ਕੀ ਪੜਵੇਰੀ ਪੈਂਦੀ ਹੈ ਆ ਫਿਰ ਨੰਨਾ ਪੈ ਕੇ ਚੀਜ਼ ਲੈਣ ਦਾ ਕੋਈ ਫਾਇਦਾ ਹੀ ਨਾ ਮੁੜ ਕੇ ਕਹੀ ਜੋ ਮੈਂ ਤੁਹਾਨੂੰ ਕਿਹਾ ਸੀ ਹੁਣ ਦੱਸੋ ਬੇਬੇ ਤਾਂ ਪੈਸਾ ਚਾਹੀਦਾ ਇਧਰੋਂ ਆ ਗਿਆ ਪੈਸਾ ਮੇਰੇ ਹੱਥ 'ਚ ਇਧਰੋਂ ਆ ਗਿਆ ਪੈਸਾ ਮੇਰੇ ਹੱਥ 'ਚ ਬਸ ਉਹਨੂੰ ਲਾਵੇ ਨਾ ਹਵਾ ਵੀ ਨਹੀਂ ਲਵਾਉਂਗੀ ਪਤਾ ਨਹੀਂ ਕਿ ਨਾਗਰ ਬਣੂਗੀ ਚਾਰ ਚਾਰ ਰੁਪਏ ਜੋੜੇ ਹੀ ਆਣੇ ਹੁਣ ਕਿਹੜਾ ਖਰਾਬ ਕੀਤੇ ਕੋਈ ਫਿਰ ਬਾਪੂ ਕਿਹੜਾ ਖਰਾਬ ਕਰਦਾ ਪੈਸਾ ਠੇਕਾ ਹੀ ਆਊਗਾ 2 ਪੈਸੇ ਬਣਨਗੇ ਉਹ ਚਲ ਕੋਈ ਨਾ ਹੋਰ ਤੋਂ ਲੈ ਲੈ ਗਣੇ ਹੁਣ ਲੈਣਾ ਜ਼ਰੂਰੀ ਬਥੇਰੇ ਪਿੰਡ ਸਾ ਚਲ ਠੀਕ ਹੈ ਤੂੰ ਮਾਂ ਮੰਗਦੀ ਚੱਲ ਆਪਦੀ ਮਗਰ ਰੋਟੀ ਬਣਾ ਕੇ ਦਿੰਨੀ ਆਂਗੀ ਲਿਆ ਰੋਟੀ ਲੈ ਚੌਥੀ ਗੰਨਾ ਤੇ ਚੱਲ ਆ ਜਾ ਫਿਰ ਬਣਾ ਰੋਟੀ ਬਣਾ ਸੀ ਲੱਗਣ ਸੱਸ ਨੂੰ ਆਦੀ ਬਣਦੀ ਉਹ ਉਹਨੂੰ ਨਿੰਦੀ ਕਰਦੀ ਉਹ ਇਹਨੂੰ ਨਿੰਦੀ ਕਰਦੀ ਕੀ ਕਰਾ ਬੰਦਾ ਕੀ ਕਰੇ ਹੁਣ ਕਹਿੰਦੇ ਹੁੰਦੇ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ ਹੁਣ ਐ ਕੀ ਪਤਾ ਗਲਤ ਕਹਿੰਦੀ ਸਹੀ ਕਹਿੰਦੀ ਬੇਬੇ ਹੁਣ ਤੇ ਰੱਬ ਜਾਣਦਾ ਜੇ ਨਾ ਮੰਨਾਂਗੇ ਤਾਂ ਮਰਾਂਗੇ ਜੇ ਮੰਨਦੇ ਹਾਂ ਤਾਂ ਮਰਦੇ ਹਾਂ ਚਲ ਦੇਖੀ ਜਾਓ ਕਿਹੜਾ ਕੁਛ ਹੋਊਗਾ ਰੱਬ ਰੱਖਾ ਹੋ ਆਉਂਦਾ ਛੇੜ ਕੇ ਦੇਖਦੀ ਹਾਂ ਲੈ ਅੱਜ ਤਾਂ ਮਜ਼ਾ ਹੀ ਆ ਜਾਊਗਾ ਨਾ ਅੱਜ ਇੰਨਾ ਟਾਈਮ ਲਾਤਾ ਹੈ ਜੇ ਸਟ੍ਰੀਨ ਕਰਾਉਣ ਜਾਂਦੇ ਫਿਰ ਕਿਉਂ ਤੂੰ ਆਹ ਮੈਥੋਂ ਮੈਨੂੰ ਅੱਖੇ ਨੂੰ ਛੇੜਦੀ ਆ ਦੰਦ ਜਾਂ ਕੱਢ ਮੇਰੇ ਕੋਲੇ ਮੈਂ ਮੇਰੀ ਦਾਸੀ ਉਹ ਹੀ ਨਿਕਲੀ ਜਾਂਦੀ ਆ ਮੈਂ ਤਾਂ ਇਹ ਕਹਿੰਦੀ ਸੀ ਰਜਿਸਟਰੀ ਤੇ ਫਿਰ ਟਾਈਮ ਲੱਗ ਗਿਆ ਜਾਣ ਕੇ ਮੈਂ ਤੈਨੂੰ ਕਹਿੰਦਾ ਅੱਖੇ ਨੂੰ ਨਾ ਛੇੜ ਮੈਂ ਕਰਾ ਕੇ ਕੁਛ ਮਿਲ ਗਿਆ ਮੇਰੇ ਸਾਰੇ ਅੱਖੇ ਨੂੰ ਛੇੜੀ ਜਾਂਦੀ ਕੀ ਮਿਲ ਗਿਆ ਮਿਲ ਗਿਆ ਹੋਣਾ ਦੋ ਕਿੰਨੇ ਨਾਲ ਹੀ ਰੱਖ ਗਏ ਸੀ ਕੀ ਹੋ ਗਿਆ ਉਹਨੂੰ ਵਿਚਾਰੀ ਨੂੰ ਕੁੜੀ ਨੂੰ ਉਹਨੂੰ ਦੱਸੋ ਕੀ ਹੋ ਗਿਆ ਜੇ 200 ਸੂਟ ਲਿਆ ਆਪ ਲਿਆ ਕੇ ਦੇਣੇ ਸੀ ਸੱਸਾ ਇਹ ਜਿਹੇ ਹੁੰਦੇ ਆਪ ਲਿਆ ਕੇ ਦਿੰਦੇ ਤੇਰਾ ਪੁੱਤ ਤੈਨੂੰ ਮਾਰ ਲਿਆ ਕਰੇ ਵਿਆਹ ਚ ਪਾਣੀ ਸ਼ੌਕ ਹੁੰਦਾ ਤੂੰ ਉਹਨੂੰ ਮਿਲ ਲਿਆ ਕੇ ਦਿੱਤਾ ਬੋਰ ਚੁੱਪ ਕਰਨ ਦਾ ਕੀ ਲਵੇਗਾ ਕੀ ਲਵੇਗਾ ਇਹ ਮੈਨੂੰ ਚੁੱਪ ਕਰਨ ਦਾ ਦੇ ਦੇਗੀ ਤਾਂ ਤੈਨੂੰ ਲੈਣ ਨਹੀਂ ਦਿੱਤਾ ਹੁਣ ਤੇਰੇ ਪੈ ਗਈ ਕਾਰ ਦੇ ਠੰਡਾ ਅਗਲੇ ਬਣਾਉਂਦੀ ਆਉਂਦੀ ਵਿਚਾਰ ਕਰੇ ਸਾਡੇ ਬਣ ਜਾਣਗੇ ਜਿਹੜੇ ਨਾ ਨਾ ਉਂਗਲਾ ਕਿਹੜਾ ਰਿਸ਼ਤੇ ਦਾ ਖਰਚਾ ਹੁੰਦਾ ਰਿਸ਼ਤੇ ਦਾ ਖਰਚਾ ਉਹਨਾਂ ਦਾ ਸੀਗਾ ਨਾਲੇ ਐਵੇਂ ਜਾਣ ਕੇ ਉਂਗਲਾ ਲਾਤੀਆਂ ਬੇ ਮੰਦੇ ਮਾੜੇ ਨੇ ਚੰਕੇ ਨਹੀਂ ਹੈਗੇ ਹੋ ਤੂੰ ਬੰਦਾ ਇਹਨਾਂ ਜਦੋਂ ਆਪਣੀ ਰਿਸ਼ਤੇ ਗਾਇਆ ਪਰ ਅੰਦਰ ਤੋਂ ਕਿੰਨਾ ਨਾਰਾ ਬੇ ਕਿਉਂ ਜਵਾਕ ਨੂੰ ਮਰਵਾਉਣਾ ਉਹਦਾ ਕੀ ਪਤਾ ਕਦੋਂ ਮਰ ਜੇ ਅਗਲਾ ਮੁੰਡੇ ਉਹਦੇ ਭੇੜੇ ਨੇ
ਚੰਨੀ ਆਪ ਹੀ ਮੁੱਕਰ ਗਿਆ, ਉਹਨੂੰ ਪਤਾ ਵੀ ਉਹਨਾਂ ਦੇ ਮੁੰਡੇ ਇਹੀ ਜੇ। ਕੋਈ ਨੀ ਵਿੱਚ ਚੰਨੀ ਨੂੰ ਲਾਊਗਾ, ਸਾਰਿਆਂ ਨੂੰ ਘਰੋਂ ਕੁੱਟੂ, ਸਾਰਿਆਂ ਨੂੰ ਅੱਜ ਮੈਂ ਬੇਵਾ ਪਿੰਡ ਜੀ ਲੜ ਕੇ ਮਾਰਦੇ ਨੇ ਸਾਰਿਆਂ ਨੂੰ ਬੇਦਾਖਲ ਕਰਾਊਂਗਾ ਅੱਜ। ਲੈ ਅੱਗੇ ਬੇਦਾਖਲ ਕਰਾਊਂਗਾ, ਸਾਨੂੰ ਕੱਢ ਕੇ ਅਸੀਂ ਰੋਡਾਂ ਤੇ ਬੈਠਾਂਗੇ ਜਾ ਕੇ। ਮਾਜੀ ਵੇਲੇ ਮੇਰਾ ਘਰ ਆ, ਮੇਰੇ ਨਾਂ ਜ਼ਮੀਨ ਆ, ਮੇਰੇ ਨਾਂ ਸਾਰੇ ਜਾਓ ਬੇਦਖਲ ਕਰਤੇ ਮੈਂ ਤਾਂ ਸਾਰੇ ਅੱਜ ਤੋਂ ਜਾ। ਪਹਿਲਾਂ ਤੂੰ ਆਏ ਨਹੀਂ, ਮੈਂ ਜਾਂਦੀ, ਮੈਂ ਕਿਹ ਜਾਵਾਂ ਸਾਰੀ ਉਮਰ ਇੱਥੇ ਬੈਠੂ ਮੈਂ ਤਾਂ, ਮੇਰੇ ਮਾਂ ਪਿਓ ਨੇ ਧੋਰਿਆ ਗਾ। ਹਾਂ ਜੇ ਮਾਂ ਪਿਓ ਨੂੰ ਧੋਰਿਆ, ਮਾਂ ਪਿਓ ਦੇ ਕੰਮ ਵੀ ਕਰ, ਲੈ ਭਈ ਆਪਣੀ ਚੀਜ਼ ਬਣਦੀ ਆ, ਬਣਾ ਲਓ ਲੈ ਮਿਲ ਕੇ। ਇਹ ਕੀ ਹੋ ਗਿਆ, ਘਰੇ ਤੂੰ ਤਾਂ ਘਰੇ ਵਾਢਾ ਕਰੇ ਬੈਠੀ ਆ, ਲੋਕ ਤਾਂ ਬਾਹਰ ਉਂਗਲਾ ਲਾਉਂਦਾ, ਤੂੰ ਘਰੇ ਮੁੰਡਿਆਂ ਨੂੰ ਲਾਈ ਜਾਂਦੀ ਆ। ਇਹ ਤਾਂ ਸੋਚ ਨਹੀਂ ਹੁੰਦੀ, ਜੇ ਬਾਹੂ ਨੇ ਐਂ ਕਹਿੰਦਾ ਚੀਜ਼ ਬਣਾ ਲਈ, ਮੈਨੂੰ ਪਤਾ ਹੈਗਾ ਤੈਨੂੰ ਆਹ ਈਰਖਾ ਹੋਈ ਆ ਵੀ ਬਾਹੂ ਨੇ ਐਂ ਕਹਿੰਦਾ ਬਾਪੂ ਜੀ ਚੀਜ਼ ਬਣਾ ਗਏ, ਤੈਨੂੰ ਐਂ ਲੱਗੇ ਵੀ ਹਾਂ ਇਹਨੇ ਐਂ ਕਿਉਂ ਕਹਿਤਾ। ਉਹ ਆਪਣੀ ਕਿਸੇ ਦੇ ਨੀ, ਮੇਰੀ ਧੀ ਆ ਜੇ ਧੀ ਨੇ ਕਹਿਤਾ। ਨਾ ਤੇਰੇ ਨੂੰ ਵੱਧ ਪਤਾ ਹੈਗਾ, ਮੈਨੂੰ ਪਤਾ ਨੀ ਕਾਸੇ ਦਾ। ਬਈ ਮੈਂ ਪਤਾ ਕਦ ਤੋਂ ਪੁੱਛਦਾ ਨਾ, ਉਹਨੂੰ ਐ ਲੱਗੇ ਬਾਪੂ ਜੀ ਮੈਥੋਂ ਰਾਏ ਨਾਲ ਕੰਮ ਕਰਦੇ। ਜੇ ਨੂੰ ਧੀ ਘਰੇ ਆ ਨਾ, ਆਪਾਂ ਨੂੰ ਉਹਨਾਂ ਦੀ ਰਾਏ ਲੈਣੀ ਜ਼ਰੂਰੀ ਆ, ਉਹਨੂੰ ਵੀ ਐ ਲੱਗੂ ਵੀ ਮੇਰੀ ਰਾਏ। ਜੇ ਤੂੰ ਛੈਣੀ ਹੋਵੇ ਨਾ, ਜੇ ਕੋਈ ਘਰੇ ਕੰਮ ਕਰਦੀ ਆ, ਪੁੱਤ ਉਹਦੇ ਆਪਾਂ ਆਹ ਕੰਮ ਐਂ ਕਰਨਾ, ਕਿੰਨਾ ਸੋਹਣਾ ਲੱਗਦਾ। ਕਿਤੇ ਤੂੰ ਆਹ ਨੀ ਕੀਤਾ, ਬਹੁਤ ਕੀਤਾ, ਆਹ ਗੱਲਾਂ ਨਾ ਰਿਸ਼ਤੇ ਦੂਰ ਹੋ ਜਾਂਦੇ ਆ। ਰਿਸ਼ਤੇ ਦੂਰ ਨੀ ਕਰਨੇ ਹੋਣੇ ਚਾਹੀਦੇ, ਜੇ ਆਪਾਂ ਘਰੇ ਰਾਏ ਕਰਨਾਂਗੇ, ਜੇ ਮੁੰਡਾ ਮੁੰਡੇ ਨਾਲ ਵੀ ਰਾਏ ਕਰਨੀ ਚਾਹੀਦੀ ਆ, ਨੂੰਹ ਨਾਲ ਵੀ ਰਾਏ ਕਰਨੀ ਚਾਹੀਦੀ ਆ, ਫਿਰ ਘਰੇ ਕੰਮ ਕਰਨਾ ਚਾਹੀਦਾ। ਜਦੋਂ ਆਪਾਂ ਆਪਣੀਆਂ ਮਰਜ਼ੀਆਂ ਕਰਦੇ ਆ, ਉਹਨਾਂ ਨਾਲ ਰਿਸ਼ਤੇ ਦੂਰ ਹੋ ਜਾਂਦੇ ਆ। ਤੈਨੂੰ ਤਾਂ ਕਹਿਣਾ ਹੈਗਾ, ਤੂੰ ਕਿਉਂ ਮਾੜੀ ਬਣਦੀ ਆ, ਸਾਰਾ ਕੁਛ ਇੱਥੇ ਰਹਿ ਜੂਗਾ। ਅੱਗੇ ਕਿਉਂ ਮਾੜੀ ਬਣਦੀ ਆ, ਨਾਲੇ ਜਿੰਨਾ ਚਿਰ ਮੈਂ ਜਿਉਂਦੀ ਬੈਠੀ ਆ, ਮੈਂ ਆਏ ਕਿ ਮੈਂ ਬਾਹਰ ਚੱਲਣ ਦੇ ਦੂੰਗੀ ਸਭ ਕੁਛ। ਹਾਂ ਉਹ ਰੁਪਏ ਨੂੰ ਨੀ ਅਕਲ ਆਉਂਦੀ, ਮੇਰਾ ਸਾਰਾ ਮੈਂ ਤਾਂ ਨਾ ਕੁਛ ਕਰਨਾ ਤੂੰ ਮੈਨੂੰ ਬੇ, ਮੈਂ ਮਰ ਜਾਂਦੀ ਆ, ਮੈਂ ਮਰ ਜਾਂਦੀ ਹੈਗੀ, ਫਿਰ ਤੁਹਾਡੇ ਸੌਖੇ ਹੋ ਜਾਓਗੇ, ਸੌਖਾ ਸਾਹ ਆ ਜਾਊਗਾ। ਤੂੰ ਤਾਂ ਮਰਿਆ ਸੱਪ ਆ, ਸਾਰੇ ਉਮਰ ਲਾਈ ਵੀ ਤੂੰ ਤਾਂ ਨਾਲ ਇਹੋ ਜਾ। ਆਹੋ ਹੁਣ ਤਾਂ ਮਰਿਆ ਸੱਪ ਦੇਸਣੀ ਆ, ਬਾਹਲਾ ਠਰਕੀ ਆ, ਮੈਨੂੰ ਪਤਾ ਅਦਰਾ, ਮੈਨੂੰ ਤਾਂ ਇਹੀ ਲੱਗਦਾ ਗਾ ਵੀ ਤੇਰੇ ਕਿਤੇ ਹੋਈ ਨਾ ਕੋਈ ਗੱਲਬਾਤ ਹੋਵੇ ਇਹਦੇ ਨਾਲ, ਤਾਂ ਹੀ ਤਾਂ ਸਾਰਾ ਦਿਨ ਸਿਰ ਤੇ ਚੜਾਈ ਰੱਖਦਾ ਉਹਨੂੰ, ਮੇਰੀ ਨੂੰ ਅਮਨ 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 ਆਓ ਰੱਬਾ, ਮੇਰੀ ਧੀ ਨੂੰ ਆ ਉਸ ਕਹਿੰਦੇ ਤੂੰ, ਹਾਏ ਓ ਰੱਬਾ ਤੇਰੀ ਓ ਹੱਡੀ ਪੱਸਲੀ ਤੋੜ ਕੇ ਧਰ ਦੇਗਾ ਮੇਰੀ, ਸਾਹਮਣਾ ਵੀ ਨਹੀਂ ਤਾਂ ਮੈਨੂੰ ਸਾਹਮਣੇ ਤੋਂ ਗੱਲਾਂ ਹੀ ਇਹੋ ਜਿਹੇ ਕਰਦੇ, ਤੜੋੜੋਂ ਹੀ ਗੱਲ ਕਰਦੀ ਆ। ਬੇ ਮੈਂ ਤਾਂ ਕਹਿੰਦੀ ਆ ਜੀ, ਮੈਂ ਤਾਂ ਬੇ ਨਿਕਲ ਜਾਂਦਾ ਗੁੱਸੇ ਚ ਜੀ, ਮੈਂ ਤਾਂ ਕਹਿੰਦੀ ਆ। ਆ ਅੱਗੇ ਪਿੰਡ ਦੀਆਂ ਨੂਹਾਂ ਹੁੰਦੀਆਂ ਨਾ ਜਿਹੜੀਆਂ ਭਰਜਾਈਆਂ ਦੀਆਂ, ਸਾਲ ਲੱਗਦਾ ਹਰੇਕ ਨੂੰ ਸੇੜ ਕੇ ਲੰਘਦਾ ਸੀ ਤੂੰ, ਮੈਂ ਤਾਂ ਕਹਿ ਦਿੰਦੀ ਆ ਵੀ ਤੇਰੀ ਆਦਤ ਗਈ ਨੀ ਹਜੇ। ਤੂੰ ਬਾਜਾ ਬਾਜਾ ਮੈਥੋਂ ਦੁਬਾਰੇ ਨਾ ਖਾੜੀ, ਕਿਤੇ ਆ ਤਾਂ ਉੱਠੀ ਬਾਜਾ ਜੀ, ਮੈਂ ਕੋਈ ਤੇ ਪਾਪਾ ਪੂਪਾ ਜਾ ਕੇ ਲੁੱਕ ਸਾਰੀਆਂ ਤੇਰੇ ਤੇ ਮਰਦੀਆਂ ਸੀ, ਪਤਾ ਨਹੀਂ ਕੀ ਦਿਸਦਾ ਇਹਦੇ ਚਾਹੇ ਜਾ ਜੀਦਾ ਨਾ ਨਾ ਜੀਦਾ ਗਾ ਮੇਰੇ ਸਾਰੇ ਨਾ ਤਪਾ ਤੇ ਸੁਖਣਾ ਹਈ ਸੋਹਣਾ ਵਾਲਾ ਸੀ, ਮੇਰੇ ਬਾਪੂ ਨੇ ਵੀ ਮੇਰੇ ਵਾਸਤੇ ਇਹੋ ਜਿਹਾ ਲੱਭਿਆ ਸੀ, ਪਤਾ ਨੀ ਕਿੰਨੇ ਕੁ ਨੂੰ ਫਸਾਉਂਦਾ ਸੀ ਦਿਨ ਵਿੱਚ ਦੀ, ਜਦੋਂ ਜੀ ਕਰਦਾ ਕੁੱਟਣ ਲੱਗ ਜਾਂਦਾ ਗਾ। ਲੈ ਬੇਬੇ ਦੇ ਪਹਿਲਾਂ ਤਾਂ ਵੰਕਰਾਂ ਪਈਆਂ ਤੇ ਹੁਣ ਮੁੱਕੇ ਪਈ ਜਾਂਦੇ ਨੇ। ਬਾਪੂ ਨੇ ਵਧੀਆ ਕਰਤਾ ਇੰਜਣ, ਜਾ ਬੜੀ ਮਸਤੀ ਫਿਰਦੀ ਸੀ, ਆ ਕੱਪੜੇ ਤਾਂ ਮਾਂ ਕੀ ਧੋਊ, ਪਹਿਲਾਂ ਬੇਬੇ ਕੋਲੇ ਲੈ ਕੇ ਆਉਂਦੇ ਗੱਲਾਂ ਦਾ ਸਵਾਦ। ਹਾਏ ਉਹ ਕੰਮ ਹੋ ਗਿਆ, ਜੇ ਮੈਂ ਗੁਰਦਾਸ ਮਾਨ ਕਹਿੰਦਾ ਹੁੰਦਾ ਫਿਰ ਉਹ ਗੱਲਾਂ ਉਹਨੇ ਆਪੇ ਦੇਣੀਆਂ ਦਵਾਵਾਂ। ਹਾਏ
ਬੇਬੇ ਕੀ ਹੋ ਗਿਆ? ਹਾਂ ਆ ਜਾ ਸਵਾਦ ਲੈਣ, ਆ ਜਾ ਮੇਰੇ ਪਿਓ ਦੇ ਰੱਬ ਮੇਰੇ ਦੀ। ਬੇਬੇ ਮੈਂ ਤਾਂ ਪੁੱਛਿਆ ਕੀ ਹੋ ਗਿਆ, ਬਾਲੀ ਢੂਹੀ ਦੁਖਦੀ ਹੈ? ਨਹੀਂ ਸਾਰਾ ਤਮਾਸਾ ਦੇਖ ਕੇ ਹੁਣ ਸਵਾਦ ਲੈਣ ਆ ਗਈ। ਮੈਂ ਤਾਂ ਕਹਿੰਦੀ ਸੀ ਬੇਬੇ ਮੈਂ ਹੋਰ ਨੀ ਸਪਰੇ ਜੀ ਹੁੰਦੀ ਢੂਹੀ ਵਾਲੀ, ਉਹ ਨਾ ਲਾਵਾਂ ਤੇਰੇ। ਨੀ ਟਿਕ ਜਾ ਮੈਨੂੰ ਮਰਵਾ ਕੇ ਹਟੇਂਗੀ? ਕਿਉਂ ਮੈਂ ਤੈਨੂੰ ਭੇੜੀ ਲੱਗਦੀ ਆ? ਕਿਉਂ ਸਾਡੇ ਤੇ ਫਰਕ ਪਵਾਉਣੀ ਆ? ਸਾਰੀ ਉਮਰ ਚ ਨੀ ਫਰਕ ਪਿਆ ਜਿਹੜਾ ਹੁਣ ਪਵਾਈ ਜਾਂਦੀ ਆ ਤੂੰ। ਮੈਂ ਕੀ ਕਿਹਾ ਬੇਬੇ, ਮੈਂ ਤਾਂ ਉਧਰ ਕੱਪੜੇ ਧੋਈ ਆਉਂਦੀ ਸੀਗੀ। ਹਾਏ ਕੱਪੜੇ ਕਾਹਨੂੰ ਧੋਂਦੀ ਸੀ ਤੂੰ? ਤੂੰ ਤਾਂ ਫਿਲਮ ਦੇਖੀ ਜਾਂਦੀ ਸੀ ਸਾਡੀ। ਬੇਬੇ ਫਿਰ ਤੂੰ ਨਾ ਬੋਲਦੀ ਬਾਪੂ ਮੂਹਰੇ, ਮੈਨੂੰ ਲੱਗਦਾ ਚੰਗੇ ਇੰਜਲ ਕਰਕੇ ਨਹੀਂ ਮੇਰੇ ਪਿਓ ਦੀ ਰੱਬੇ ਬੇਬੇ ਨੂੰ ਮੈਂ ਤੇ ਹੱਥ ਤੋਂ ਪਾ ਜਾ ਬਾਪੂ ਹਨਾ। ਇਹੋ ਜੀ ਨੂੰ ਨਾ ਤੇਰੇ ਵਰਗੀ ਕਲਾਸਣੀ ਕਿਸੇ ਦੇ ਆਵੇ ਨਾ। ਬੇਬੇ ਫਿਰ ਮੈਂ ਕੀ ਕਰਾਂ, ਮੇਰੇ ਤਾਂ ਉੱਥੇ ਖੜੀ ਦੀ ਬਿਆਸੀ ਨਿਕਲੀ ਗਈ ਆ। ਬੇ ਰੱਬਾ ਅਹੇ ਦੇ ਵਰਗੀ ਨਾ ਕਿਸੇ ਘਰ ਚ ਨਾ ਦੇਈ ਜਿਹੜੀ ਮੇਰੇ ਦੁਸ਼ਮਣ ਬਣੀ ਬੈਠੀ ਆ। ਬੇਬੇ ਦੇਖਾਂ ਕਿੱਥੇ ਜੀ ਮਾਰੇ। ਦੇਖ ਲਾ ਪਹਿਲਾਂ ਜ਼ਖਮ ਦਿੰਦੀ ਆ ਫਿਰ ਮੱਲ ਮਾ ਲਾਉਂਦੀ ਆ। ਨੀ ਕਿੱਥੋਂ ਸਿੱਖਦੇ ਆ ਤੂੰ ਆਹ ਲੱਛਣ? ਲੈ ਬੇਬੇ ਫਿਰ ਤੂੰ ਕਹਿ ਦੇਂਗੀ ਮੈਨੂੰ ਪੁੱਛਿਆ ਨੀ ਮੈਂ ਤਾਂ ਕਿੱਥੇ ਜੀ ਮਾਰੇ ਬੇਬੇ। ਹਾਏ ਨੀ ਹੱਥ ਨਾ ਲਾ, ਨੀ ਮੇਰੇ ਤੋਂ ਮੇਰੀ ਟੋਹੀ ਪਹਿਲੇ ਟੁੱਟੀ ਪਈ ਆ ਜਮੀ। ਅੱਛਾ ਟੋਹੀ ਤੋੜੀ ਬੇਬੇ ਫਿਰ ਤਾਂ ਬੂ ਸਿਆਲ ਆ ਮੂਰੇ ਫਿਰ ਹੁਣ ਨੀ ਬਾ ਬੇਬੇ ਜਮੀ ਤੋੜ ਦੂ ਤੂੰ ਹੀ ਪਤਾ ਤੂੰ ਸਾਮੀ ਨੀ ਜਾਣੀ। ਬੇਬੇ ਸਾਮ ਤਾਂ ਤੈਨੂੰ ਆਪੇ ਲਾਉਂਗੀ, ਚਾਹੇ ਬਾਪੂ ਲੱਤ ਤੋੜ ਦੇ ਤਾਂ ਵੀ ਸਾਂਭ ਲੂੰਗੀ ਮੰਜੇ ਤੇ ਬੈਠੀ ਨੂੰ। ਅੱਛਾ ਨਹੀਂ ਤੂੰ ਸੁੱਖਾ ਸੁਖਦੀ ਰਹਿੰਦੀ ਆ ਮੇਰੇ ਵਾਸਤੇ ਹੈ? ਬੇਬੇ ਲੱਤਾਂ ਟੁੱਟਣਾ ਪਤਾ ਨੀ ਕਿਹੜੇ ਬਾਬੇ ਕੋਲੇ ਜਾਂਦੀ ਆ। ਬੇਬੇ ਮੈਂ ਕਿਹੜੇ ਬਾਬੇ ਕੋਲੇ ਜਾਣਾ, ਘਰੋਂ ਤਾਂ ਮੈਨੂੰ ਬਾਹਰ ਨੀ ਨਿਕਲਣ ਦਿੰਦੀ ਤੂੰ, ਗੇਟ ਤੱਕ ਤਾਂ ਜਾਣ ਨੀ ਦਿੰਦੀ, ਬਾਬੇ ਤੇ ਵਾਗੀ ਮੈਂ। ਹਾਏ ਨੀ ਤੂੰ ਤਾਂ ਜਾਣੀ ਆ ਬਾਬਿਆਂ ਕੋਲੇ, ਨੀ ਮੈਨੂੰ ਵੀ ਦੱਸ ਦੇ ਕਿਹੜਾ ਬਾਬਾ ਗਾ ਉਹ, ਤੁਹਾਡੇ ਵਰਗੀਆਂ ਸੜੀਆਂ ਤੀਵੀਆਂ ਨੂੰ ਜਰਕਦੇ ਨੇ ਧਾਗੇ ਦੀ ਮੀਤ ਕਰਕੇ ਦੇ ਦਿੰਦੇ ਨੇ, ਮੇਰੇ ਵਰਗੇ ਵਗ ਜੇ ਘਰ ਦਾ ਹੱਲ ਕਰਾਉਣ ਕੋਈ ਜਮਾ ਨੀ ਕਰਕੇ ਦਿੰਦਾ। ਹੈਗਾ ਬਾਪੂ ਆਦੇ? ਨੀ ਹੈਗਾ ਬਾਪੂ ਨੀ ਮੇਰੇ, ਕਿਉਂ ਤੂੰ ਢੂਹੀਆਂ ਤੜਵਾਉਣੀਆਂ ਨੇ, ਕਿਉਂ ਮੇਰੀਆਂ ਹੱਡੀਆਂ ਪੱਸਰੀਆਂ ਤੜਵਾਉਣੀਆਂ? ਤਾਂ ਹੁਣ ਤੱਕ ਤਾਂ ਮੈਂ ਬਾਪੂ ਨੂੰ ਕੋਈ ਗੱਲ ਦੱਸੀ ਨੀ ਸੀ, ਹੁਣ ਮੈਂ ਪੱਕਾ ਦੱਸੂਗੀ। ਬਾਪੂ ਤੈਨੂੰ ਗਾਂ ਦਿੰਦੀ ਹੁੰਦੀ ਹੈ ਤੇਰੇ ਪਿੱਠ ਪਿੱਛੇ। ਨੀ ਮਰਵਾ ਦੇ ਮੈਨੂੰ, ਮਰਵਾ ਦੇ ਤੂੰ, ਮਰਵਾ ਦੇ ਮੈਨੂੰ। ਬੇਬੇ ਮਰਨਾ ਹੈ ਤੇਰੇ ਆਪਦੇ ਲੱਛਣ ਨੇ, ਜੋ ਤੂੰ ਬੋਲਦੀਆਂ ਤਾਗਤ ਦੀਤ ਬਾਹਰ ਤਾਂ ਸਾਨੂੰ ਤੂੰ ਖੰਗਾ ਨੀ ਦਿੰਦੀ, ਤੇ ਤਾਗਤ ਦੀਤ ਅਸੀਂ ਕਿਹੜੇ ਤੇਰੇ ਪਿਓ ਤੋਂ ਲਿਆ ਰਹੀਆਂ। ਨੀ ਜਿੱਦਾਂ ਮੈਂ ਮਰ ਗਈ ਨਾ ਤੂੰ ਖੁੱਲੇ ਹੋ ਜੀ, ਚੰਗਾ ਬਾਹਰ ਤੁਰੀ ਫਿਰਿਆ ਕਰੀ, ਤੈਨੂੰ ਕੋਈ ਨਹੀਂ ਰੋਕਣ ਵਾਲਾ ਰਹਿਣਾ। ਤੇਰੇ ਵਰਗੇ ਨੂੰ ਤਾਂ ਬਦਨਾਮ ਕਰਦੇ ਨੇ ਲੋਕ ਜਦੋਂ ਘਰ ਦੀ ਸੁਣਦੀਆਂ ਨੀ। ਹਾਂ ਸੁਣਦੀਆਂ ਨੀ, ਆ ਬਾਪੂ ਮੂਹਰੇ ਤਾਂ ਸਾਹ ਘੁੱਟ ਜਾਣੀ ਹੈ ਬੇਬੇ, ਬੋਲੇ ਨਿਕਲਦਾ ਸਾਡੇ ਮੂਹਰੇ ਟਿਆਂ ਟਿਆਂ ਕਰਦੀਆਂ, ਉਧਰੋਂ ਪੁੱਤ ਨੂੰ ਲਾ ਰੱਖਿਆ ਮਗਰ ਆਪਦੇ ਨੂੰ। ਨੀ ਮੇਰਾ ਪੁੱਤ ਤਾਂ ਗੂੰਗਾ ਬਣਾ ਰੱਖਿਆ, ਤਾਂ ਉਹ ਤਾਂ ਬੋਲਦਾ ਨੀ। ਨੀ ਆ ਮੇਰੇ ਮੇਰੇ ਵਾਲੇ ਨੂੰ ਵੀ ਮਗਰ ਲਾ ਲਿਆ, ਪਤਾ ਨੀ ਕੀ ਕਰਦੀ ਉਹਨੂੰ, ਕੀ ਨਾ ਇਹ ਜਾ। ਬਾਪੂ ਨੂੰ ਪਤਾ ਹੈ ਵੀ ਕੀ ਚ ਖੋਟ ਹੈ ਕੀ ਚ ਨਹੀਂ ਹੈਗਾ। ਆਹੋ ਬਾਪੂ ਦਾ ਤੈਨੂੰ ਬੜਾ ਪਤਾ, ਵੀ ਉਹਨੂੰ ਪਤਾ ਗਾ, ਮੈਂ ਤਾਂ ਸਾਰੀ ਉਮਰ ਚ ਮੈਨੂੰ ਤਾਂ ਪਤਾ ਨੀ ਲੱਗਿਆ ਹੈ ਵੀ ਉਹਨੂੰ ਕੀ ਪਤਾ ਕੀ ਨਹੀਂ ਪਤਾ। ਤੈਨੂੰ ਕੱਲ ਦੇ ਪੋਤਲੀ ਨੂੰ ਪਤਾ ਲੱਗ ਗਿਆ। ਲੁਚਪਣ ਜੇ ਕਰੇਂਗੀ ਨਾ ਫਿਰ ਪਤਾ ਲੱਗ ਹੀ ਜਾਂਦਾ ਵੀ ਕੀ ਚ ਖੋਟ ਹੈ ਕੀ ਚ ਨਹੀਂ ਹੈਗਾ। ਸਾਰਾ ਦਿਨ ਤਾਂ ਲੁਚਪਣੇ ਕਰਦੀ ਆ। ਨੀ ਨਾ ਬੋਲ ਤੂੰ ਮੈਨੂੰ ਨਾ ਬੋਲਵਾ, ਗੰਦਾ ਮੇਰੀ ਜੀਭ ਤੇ ਮੇਰੇ ਆਏ ਨੀ ਪਤਾ ਮੈਂ ਕਿਹੜਾ ਮਹੱਲਾ ਸ਼ੁਰੂ ਕਰਦਾ, ਤੂੰ ਵਗ ਜਾ ਮੇਰੇ ਕੋਲੋਂ ਵਗ ਜਾ।
ਮਹੱਲਾ ਤਾਂ ਬਾਪੂ ਸ਼ੁਰੂ ਕਰੂਗਾ ਹੁਣ ਤੇ ਰਾਤ ਚ। ਮੈਂ ਦੱਸਦੇ ਜਾ ਕੇ ਬਾਪੂ ਨੂੰ, ਬਾਪੂ ਗਾਂ ਦੇ ਲੱਗੇ ਮੈਂ ਪਤਾ ਲੈਣ ਮਰਵਾ ਦੇ। ਹਾਂ ਦੱਸ ਦੇ ਬਾਬਾ ਮਾਊਗਾ ਹੁਣ ਲੋਬੜ ਸਿਆਕ ਸਿਆਕ ਕੇ ਤੇਰੇ ਮੈਂ ਨੀ ਲਾਉਂਦੀ। ਉਹੋ ਜਿਹੀ ਨੂੰ ਤਾਂ ਨਾ ਹੋਵੇ ਨਾ, ਮੈਂ ਤਾਂ ਨਾ ਜੇ ਪਹਿਲਾਂ ਪਤਾਉਂਦੇ ਨੂੰ ਪੈਰ ਕੀ ਧਰਨ ਦੇਣਾ ਸੀ। ਕਿੱਥੋਂ ਮੈਂ ਉੱਤੋਂ ਦੀ ਪਾਣੀ ਬਾਰ ਕੇ ਪੀਤਾ ਗਾ, ਉਹ ਵੀ ਜ਼ਹਿਰ ਮਣ ਮਣ ਨਿਕਲਦਾ ਹੁਣ। ਦੇਖ ਲਓ ਥਾਂ ਵਧੀਆ ਚੰਗੀ ਆ ਰਹੂੰਗੀ। ਉਹ ਚੰਗੀ ਤਾਂ ਰਹਾਂਗਾ, ਤੇਰੀ ਗੱਲ ਠੀਕ ਹੈ, ਉਹ ਗੱਲ ਦਾ ਤੈਨੂੰ ਪਤਾ ਤਾਂ ਹੈਗਾ, ਉਹ ਤੇਰੀ ਤਾਈ ਨੀ ਮੰਨਦੀ। ਉਹ ਸਾਡੇ ਕੋਲ ਪੈਸੇ ਨਹੀਂ, ਅਸੀਂ ਲੈ ਲਵੇ। ਉਹ ਤਾਂ ਤੇਰੀ ਗੱਲ ਠੀਕ ਹੈ, ਮੈਂ ਤਾਂ ਤੈਨੂੰ ਐਂ ਕਹਿਣਾ, ਦੇਖ ਭਾਈ ਜੇ ਥੋੜੇ ਘਣੇ ਘਰ ਜੇ ਤਾਂ ਮੈਂ ਮਦਦ ਕਰ ਦੂੰਗਾ ਲੈ। ਉਹ ਸਾਡੇ ਅਜੇ ਤਾਂ ਨਹੀਂ, ਤੁਸੀਂ ਰੱਖੋ ਥਾਂ ਬਾਲਾ ਹੈ। ਉਹ ਥਾਂ ਤਾਂ ਫੇਰ ਨਾ ਲੱਗ ਜੀ ਤਾਂ ਬਣਦੀ ਨਹੀਂ, ਨਾਲੇ ਮੈਂ ਉਹਨਾਂ ਨੇ ਐਂ ਕਿਹਾ ਸੀ ਨਾਲੇ ਮਕਾਨ ਤੇ ਸਿੱਧੀ ਹੋ ਜੂਗੀ। ਹਾਂ ਜੀ ਸਾਰੀ ਹੋ ਜੂਗੀ ਤੇ ਸਿੱਧਾ। ਹਾਂ ਦੇਖਾਂ ਐ ਉਥੋਂ ਆ ਕੰਧ ਦੇਖਾ ਤੋਂ ਇੱਥੇ ਆ ਜੂਗਾ ਨਾ ਆਊਗੀ, ਇੰਨਾ ਥਾਰ ਆ ਜੂਗਾ ਨਾਲੇ ਇਧਰ ਮਾ ਸਾਰਾ ਸਾਮ ਮਾਨ ਨਾਲ ਗੋਹ ਪਾਦਾ ਉਹ ਪਾਥੀ ਨੇ ਹੋ ਜੂਗਾ। ਹੋ ਜੂਗਾ ਨਾ ਹੋਊਗਾ ਕੁਛ ਨਹੀਂ, ਵਧੀਆ ਸਮਾਂ ਤੇ ਫੇਰ ਇਹਦਾ ਸੁਟਾ ਉਹਦੇ ਚ ਪਤਾ ਨਹੀਂ ਕੀ ਉਹਦੇ ਦਿਮਾਗ ਨੂੰ ਕੀ ਹੋਇਆ ਦਾ। ਚਲ ਕਰਦਾ ਅੱਜ ਘਰੇ ਰਹਿ ਮੈਂ। ਕਰ ਲਾ ਤਾਈ ਨਾਲ ਰਹਿ, ਕੁਛ ਨਹੀਂ ਹੁੰਦਾ। ਹੋਰ ਕਰਕੇ ਨਾ ਰਹਿ ਤੇ ਫੇਰ ਦੇਖਦਾ ਇਹਨਾਂ ਦਾ ਗੱਲ ਬਣ ਜੂ ਕਿ ਨਹੀਂ। ਚੀਜ਼ ਬਣਦੀ ਬਣ ਜੂ, ਨਹੀਂ ਇੱਥੇ ਕੋਈ ਹੋਰ ਅਕਲ ਗੂ ਪੈਸੇ ਪਸ਼ੂ ਯਾਰ ਬਾਲੇ ਆਉਣ ਲੱਗ ਗਏ। ਕੀ ਕਰੂ ਨਾ ਕੋਈ ਹੱਲ ਇਹਨਾਂ ਦਾ, ਇਹਨੂੰ ਵਿਚਾਰੇ ਦੇ ਦੋ ਸਾਲ ਛੱਡਿਓ ਯਾਰ। ਇਹਦਾ ਕੀ ਹੱਲ ਹੁਣ? ਨਹੀਂ ਫਿਰ ਵੀ ਯਾਰ ਐਂ ਤਾਂ ਹੁਣ ਮਾਲ ਰਾਤ ਨੂੰ ਡਾਂਗਾ ਖਾਂਦੇ ਵਿਚਾਰੇ, ਕਿਸੇ ਗਊਸ਼ਾਲਾ ਛੱਡਿਆ ਗਏ ਤਾਂ ਫਿਰ ਵੀ ਵਧੀਆ ਲੱਗਣੀ ਕਿ ਨਹੀਂ? ਗਊਸ਼ਾਲਾ ਵੀ ਨਹੀਂ ਛਡਾਉਂਦੇ ਉਹ, ਚੱਲ ਤੂੰ ਨਾਲ ਤੇ ਪਿੰਡ ਵਾਲੇ ਇਹ ਕਹਿਣ ਬਹੁਤ ਕੁਝ ਹੋ ਜਾਂਦਾ। ਉਹ ਆ ਪੈਸੇ ਭਾਲਦੇ ਆ, 5-500 ਇਕੱਠੇ ਕਰਕੇ 1000 ਰੁਪਿਆ 40-50 ਹਜ਼ਾਰ ਹੋ ਜਾਂਦੇ। 40-50 ਹਜ਼ਾਰ ਰੁਪਏ ਗਊਸ਼ਾਲਾ ਨੂੰ ਧੱਕਿਆ ਹੋਏ ਰੁਪਿਆ, ਥੋੜੇ ਥੋੜੇ ਨਾਲ ਛੋਟੇ ਪਿੰਡ ਚ ਇੰਨਾ ਹੋ ਜੂ, ਵੱਡਾ ਪਿੰਡ ਚ ਤਾਂ ਵਾਰੇ ਹੋ ਜਾਂਦੇ। ਆ ਲੈ ਭਾਈ ਇੰਨੇ ਪੈਸੇ ਦਿੰਨੇ ਆਗੇ ਇਹਨੂੰ 6 ਮਹੀਨੇ ਸਾਂਭੋ, ਬਥੇਰਾ ਕੁਛ ਹੋ ਜਾਂਦਾ। ਗੱਲ ਕਰਾਂਗਾ ਦਿੰਦਾ ਨਹੀਂ ਕੁਛ ਭਾਈ, ਜਦੋਂ ਫੇਰ ਉਹ ਤੋਂ ਹੁੰਦਾਗਾ। ਹੋਰ ਤਾਂ ਕੋਈ ਨਹੀਂ, ਆ ਜਾ ਤੈਨੂੰ ਚਾਹ ਪਿਆ ਕੇ ਤੋਰੂੰਗਾ ਫਿਰ। ਓਏ ਆ ਜਾ ਘੁੱਟ ਪੀ ਨੀ। ਲੈ ਹੋ ਪਈ ਆ ਮੰਜੇ ਤੇ, ਹੁਣ ਕਿਵੇਂ ਕਰਗੇ? ਠੀਕ ਹੈ ਮੈਂ ਐਂ ਕਹਿ ਦੂੰ ਮੇਰੀ ਧੀ ਨੂੰ ਨਾ ਥੋੜ੍ਹਾ ਜਿਹਾ ਹਲਦੀ ਪਾ ਕੇ ਦੁੱਧ ਲਿਆ ਇਹਦੀ ਮਾਂ ਨੂੰ ਦੇ ਕੇ, ਮੈਥੋਂ ਗੁੱਸੇ 'ਚ ਵੱਧ ਵੱਜਿਆ ਇਹਦੇ, ਦੋ ਇਹਨੂੰ ਮਾਰ ਤੂੰ ਪੋਚੇ ਜੇ ਇੰਨਾ ਸੈੱਟ ਹੋ ਜੂਗੀ, ਸਕੀਮ ਤਾਂ ਕੋਈ ਨਾ ਕੋਈ ਲਾਉਣੀ ਪਊਗੀ। ਚਾਹ ਠੀਕ ਆ, ਨਾਲੇ ਕਹਿ ਦੂੰਗਾ ਮਾੜਾ ਤੈਨੂੰ ਹੱਡੀ ਵਾਲਿਆਂ ਕੋਲ ਦਿਖਾ ਰਿਹਾ ਹੋਣਾ, ਵੱਧ ਤਾਂ ਨਹੀਂ ਸੱਟ ਵੱਜੀ, ਐਂ ਨਾ ਸੈੱਟ ਜਿਹਾ ਹੋ ਜੂਗਾ ਅੰਮਾ, ਬਣ ਗਈ ਗੱਲ। ਐਂ ਹੁਣ ਦੋ ਪੋਚੇ ਤਾਂ ਮਾਰਨੇ ਪੈਣਗੇ, ਮਾਰ ਕੇ ਦੋ ਪੋਚੇ ਫਿਰ ਹੀ ਆਪਾਂ ਥਾਂ ਦੀ ਗੱਲ ਕਰਾਂਗੇ। ਹਾਂ ਕੀ ਹੁਣ ਤਾਂ ਕਹਿੰਦੇ ਲੈ ਲਾ, ਹੁਣ ਤਾਂ ਸੁਧਰ ਵੀ ਜਾਊਗੀ ਇੰਨੇ ਕੁ ਨਾਲ, ਜੇ ਆਇਆ ਥਾਂ ਬਣ ਜੇ ਨਾ, ਨਾਲੇ ਤਾਂ ਆਹ ਕੰਧ ਪਰੇ ਲੱਗ ਜੂ, ਕਿੰਨਾ ਥਾਂ ਹੋਰ ਖੁੱਲ ਜੂ, ਆਪ ਹੀ ਭਰਾਂਡਾ ਖੁੱਲ ਜੂਗਾ, ਵਧੀਆ ਬਣ ਜੂ, ਨਾਲੇ ਕੱਲ੍ਹ ਕੋਠੀ ਪਾ ਗਈ। ਚੱਲ ਕਰਦੇ ਹਾਂ ਗੱਲ, ਠੀਕ ਹੈ। ਸੋਨੀ ਉਹ ਹੋਣੀ ਜੀ ਤੁਸੀਂ ਆ ਗਏ, ਕੀ ਹੋ ਗਿਆ? ਹੱਥ ਦਾਦੇ ਨੇ ਬੱਜੀ, ਆਪਾਂ ਦਿਖਾ ਜਾਣੇ ਮਾੜਾ ਹੱਡੀ ਆਏ ਨੂੰ, ਇੱਧਰ ਬਹਿ ਜਾ ਜੀ। ਚੱਲ ਕੋਈ ਨੀ ਬੈਠਣ ਨੂੰ ਕੀ ਹੁੰਦਾ, ਆਈ ਕੇ ਹੋਰ ਕੋਈ ਗੱਲ ਚ ਬੈਠ ਜਾ, ਤੂੰ ਐਂ ਕਰ ਹਲਦੀ ਹਲਦੀ ਵਾਲਾ ਦੁੱਧ ਪੀ ਲੈ ਹੋਰ। ਹਲਦੀ ਵਾਲਾ ਦੁੱਧ? ਹਾਂ ਉਹਦੇ ਨਾਲ ਕਹਿੰਦੇ ਜੇ ਮਾੜੀ ਮੋਟੀ ਹੋ ਵੱਜੀ ਨਾ ਸੱਟ, ਤੂੰ ਡਿੱਗ ਡੂ ਪੀ ਸੀ ਐਂ ਹੋ ਜਾਂਦਾ ਲੋਟ। ਕੀ ਗੱਲਾਂ ਜੀ ਕਰੀ ਜਾਂਦਾ, ਮੈਨੂੰ ਸਮਝ ਨਹੀਂ ਆਈ। ਮਹਾ ਤੂੰ ਐਂ ਆਇਆ ਐਂ ਕਰੀ ਜਾਂਦੀ, ਮਹਾ ਮੈਂ ਡਿੱਗ ਡੁੱਗ ਪੀ ਸੀ ਤੂੰ ਡਿੱਗੀ ਕਾਹਨੂੰ? ਹਾਂ ਭੁੱਲ ਵੀ ਗਿਆ ਸੇਤੀ ਕੁੱਟ ਕੇ ਮੈਨੂੰ, ਉਹ ਮੈਂ ਤਾਂ ਬੋਲਣਾ ਬੋਲਣਾ ਜਾ ਰਿਹਾ ਸੀ, ਇੰਨੇ ਨਾਲ ਹੀ ਆਇਆ ਹੋਗਾ। ਅੱਛਾ ਉਹਦੇ ਨਾਲ ਹੋ ਗਿਆ, ਉਹ ਮੈਂ ਤਾਂ ਉਹ ਪਿਆਰ ਤੇ ਲਾਂਗੇ ਦੋ ਕਾ, ਮੈਨੂੰ ਪਤਾ ਤੂੰ ਗੁੱਸਾ ਕਰ ਜਾਏਗੀ। ਦੇਖ ਲੈ ਉਹ ਪਿਆਰ ਨਾਲ ਲਾਈਆਂ ਸੀ, ਮੇਰਾ ਪਿਆਰ ਹੀ ਇਹੋ ਜਿਹਾ, ਮੇਰੇ ਕਿ ਸਾਰੇ ਅੱਡੋ ਅੱਡ ਤਰੀਕੇ ਹੁੰਦੇ ਬੰਦੇ ਦੇ, ਮੈਂ ਪਿਆਰ ਆਹੀ ਕਰਦਾ ਤੈਨੂੰ ਪਤਾ ਹੈਗਾ ਨਾ। ਨੂੰ ਸਾਰਾ ਨਾ ਇੱਕ ਬੇਲੋਂ ਵੱਡੇ ਹੋਏ ਆ, ਉਹ ਪਤਾ ਨਹੀਂ ਕਦੋਂ ਲੱਗ ਗਈ ਇੱਕ ਬੇਲ ਤੇ, ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਗੀ, ਪਹਿਲਾਂ ਉਹ ਮਿੱਠੀਆਂ ਮਾਰ ਕੇ ਗਿਆ ਆ ਹੁਣ ਤੂੰ ਆ ਗਿਆ ਜੀ। ਮੈਨੂੰ
ਉਹ ਤੇਰੀ ਸੇਵਾ ਕਰਨਾ ਚਾਹੁੰਦੀ ਆ, ਤੇਰੀ ਧੀ ਆ, ਪਰ ਤੇਰੇ ਤੋਂ ਸੇਵਾ ਕਰਾਈ ਨੀ ਜਾਂਦੀ। ਸੇਵਾ ਕਰਨ ਹਮ ਤਜਰਬਾ ਅਮਨ ਪੁੱਤਰ ਕਲਮਾ ਦਿਖਾਉਣ ਦੀ ਗੱਲ, ਪਰ ਤੇਰੇ ਤੋਂ ਕਰਾਈ ਨੀ ਜਾਂਦੀ। ਨਾ ਮੈਂ ਐ ਸੋਚਦੀ ਸੀ ਆ ਇੰਨੀਆਂ ਮਿੱਠੀਆਂ ਗੋਲੀਆਂ ਜਾਂ ਪੰਪ ਜਾਂ ਸਟੀਲ ਦੀ ਬੋਕੀ ਵਾਲੇ, ਇਹ ਕਿਵੇਂ ਮਾਰੀ ਜਾਂਦਾ ਜੀ? ਇਹਨੂੰ ਪੰਪ ਹੀ ਦੱਸਦੀ, ਅੱਜ ਤਾਂ ਤੇਰੇ ਘਾਟ ਆ। ਮੈਂ ਤੈਨੂੰ ਪੁੱਛਦਾ ਹੈ, ਮੈਂ ਤੂੰ ਪਈ ਸੀ ਤੂੰ ਐਂ ਕਰਿਆ ਨਾ, ਹਾਏ ਉਹ ਮੈਂ ਤਾਂ ਕਹਿਤਾ ਮੈਂ ਜੀ ਪੁੜੇ ਸੇਕ ਕੇ ਪਏ ਨੇ ਤੂੰ ਜੀ ਪੁੜੇ ਸੇਕ ਤੇ ਬਾਲੇ ਪੂਰੀ ਕਿਤੇ ਹੋਰ ਤਾਂ ਨੀ ਕਿਸੇ ਨਾਲ ਬਾਹਰ ਬੂਹ ਲੜਾਈ ਵਾਲਾ? ਮੈਂ ਕਿਹਦੇ ਨਾਲ ਲੜਨਾ ਜਾਂਦੀ ਹਾਂ, ਮੈਂ ਤਾਂ ਇੱਥੇ ਬੈਠੀ ਰਹਿੰਦੀ ਹਾਂ। ਮੈਂ ਤਾਂ ਪੁੱਲਾ ਬੋਲ ਰਹੀ ਲੱਗਦਾ ਸੀ। ਹਾਂ ਮੈਂ ਕੋਈ ਬੋਲ ਮੈਂ ਰਹੀ ਸੀ। ਹਾਂ ਪੁੱਤਰ ਮੈਂ ਕਹਿੰਦਾ ਸੀ ਆਏ ਤੂੰ ਮਹਾ ਹਰਦੀਆ ਦੁੱਧ ਦੇ ਦਿੰਦੇ। ਬਾਪੂ ਜੀ ਮੈਂ ਪੁੱਛਿਆ ਸੀ, ਕਹਿੰਦੇ ਮੈਂ ਪੀਂਦੀ ਨਹੀਂ ਗੀ। ਪੀਂਦੀ ਨਹੀਂ? ਫਿਰ ਤੂੰ ਐਂ ਕਰ ਪੁੱਤਾ ਆਪਣੇ ਪੂਪਾਂ ਜੇ ਪੈਂਦੇ ਨੇ ਇੱਕ ਦੋ ਬੈਟਰੀ ਤੇ ਦੂਜੀ ਮਾਸਲ ਦੀ ਸੀ ਬਾਪੂ। ਹਾਂ ਉਹ ਵੀ ਨਹੀਂ ਮਸਲਾਇਆ। ਕਹਿੰਦੀ ਮੈਂ ਇੰਨੀ ਮਸਲਾਉਂਦੀ ਹੈਗੀ। ਲੈ ਫਿਰ ਤੂੰ ਐਂ ਦੱਸ ਇੰਨੇ ਤੇਰੇ ਤੇ ਧੀ ਸੇਵਾ ਕਰਦੇ ਤਾਂ ਕਰਾਈ ਨਹੀਂ ਜਾਂਦੀ? ਆਹੋ ਧੀ ਤਾਂ ਤੁਹਾਡੇ ਸਾਹਮਣੇ ਹੀ ਕਰਦੀ ਹੈ, ਜਿਵੇਂ ਦੋਨਾਂ ਦਾ ਏਕਾ ਹੁੰਦਾ ਨਾ ਆਏ ਐਂ ਕਰਦੇ ਨੇ ਦੋਨੇ ਗੱਲਾਂ ਇੱਕੋ ਜਿਹੀਆਂ, ਪਤਾ ਨਹੀਂ ਕੀ ਸਮਝਦੇ ਨੇ ਮੈਨੂੰ ਕੀ ਨਾ, ਮੈਨੂੰ ਪਾਗਲ ਬਣਾਈ ਰੱਖਦੇ ਨੇ ਸਾਰਾ। ਆਹੀ ਤਾਂ ਤੈਨੂੰ ਕਿੰਨੇ ਸਮਝਾਵੇ ਕੋਈ ਸਰ ਸਾਡੇ ਸਾਰੀਆਂ ਗੱਲਾਂ। ਪੁੱਤ ਤੂੰ ਐਂ ਦੱਸ ਜਿਹੜਾ ਆਪਣੇ ਆਹ ਨਾਲ ਥਾਂ ਲੱਗਦਾ ਨਾ, ਤੇ ਇਹ ਮੈਨੂੰ ਹੁੰਦੇ ਫਿਰ ਇਹਨਾਂ ਦਾ ਮੁੰਡਾ ਵੀ ਕਹਿੰਦੇ ਸੱਤੋ, ਕਹਿੰਦਾ ਵੀ ਤੁਸੀਂ ਲੈ ਲਓ ਤਾਂ ਜੇ ਆਪਾਂ ਲੈ ਲਗੇ ਨਾਲੇ ਆਪਣੀ ਆਹ ਕੰਧ ਉੱਧਰ ਵਗ ਜੂ, ਨਾਲੇ ਆਪਣਾ ਥਾਂ ਖੁੱਲ ਜੂ, ਭਾਵੇਂ ਕੱਲ੍ਹ ਨੂੰ ਆਪਾਂ ਇੱਥੇ ਕੋਠੀ ਪਾ ਲਈ। ਹਾਂ ਬਾਪੂ ਵਧੀਆ, ਹੁਣ ਗੋਹਾ ਲੈ ਕੇ ਇੰਨੀ ਦੂਰ ਜਾਣਾ ਪੈਂਦਾ ਹੈਗਾ ਤੇ ਕਿੱਥੇ ਨੇੜੀ ਹੈ ਬਾਪੂ, ਬਹੁਤ ਵਧੀਆ ਸਮਾਂ ਦੀ ਨੇੜੀ ਕੀ, ਆਪਾਂ ਇੱਥੋਂ ਦੀ ਬਾਹਰ ਕੱਢ ਲਾਂਗੇ ਆਪਾਂ, ਤੇ ਭਾਵੇਂ ਆਹੀ ਕੰਧ ਆਪਾਂ ਉੱਧਰ ਕਰ ਦਿਆਂਗੇ ਤੇ ਭਾਵੇਂ ਅੰਦਰ ਹੀ ਰੋ ਜੀ ਦਾ ਜੀ। ਮੈਂ ਐਂ ਕਹਿੰਦੀ ਸੀ ਲੋਟ ਆ ਜੀ ਨਾ ਕੰਮ ਆਪਣੇ, ਮੈਂ ਤਾਂ ਰੁੱਕੇ ਬਾਪੂ ਵਧੀਆ, ਤੂੰ ਚੁੱਪ ਕਰਦਾ ਜੀ ਨੂੰਹ ਦੀ ਗੱਲ ਕਰੀ ਜਾਣਾ, ਤੂੰ ਵਿੱਚ ਬੋਲਣਾ ਜ਼ਰੂਰੀ ਹੁੰਦਾ ਕੋਈ, ਨਾਲੇ ਕੋਈ ਹੋਰ ਅੱਕ ਲੱਗੂਗਾ ਬਾਪੂ ਆ ਕੇ। ਬੈ ਅੱਛਾ ਵੱਡੀ ਗੱਲ ਤਾਂ ਆ ਗਈ, ਕੱਲ ਨੂੰ ਲੜੀ ਜਾਇਆ ਕਰੂੰਗਾ ਅਗਲੇ ਨਾਲ, ਆਪਾਂ ਆਪ ਹੀ ਲੈ ਲੈਣੇ ਵੀ ਤੇ ਥਾਂ ਆ ਗਈ। ਹਾਂ ਹਾਂ ਤੂੰ ਦੱਸ ਦੇ, ਮੈਂ ਤਾਂ ਕਰ ਲਈ ਇਹਦੇ ਨਾਲ ਗੱਲ, ਇਹਨੇ ਪੁੱਛਿਆ ਆਪਣਾ ਫਰਜ਼ ਨਾ। ਨਾਲੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਨੇ ਥਾਂ ਕੀ ਕਰਨਾ ਗਾ, ਹੈ ਕੱਲਾ ਕੱਲਾ ਆਪਣੇ ਪੁੱਤ ਹੈਗਾ ਤੇ ਹੋ ਤੱਕ ਪਿਆਗਾ ਥਾਂ ਆਪਣਾ, ਅੱਧੇ ਕਨਾਲ ਤਾਂ ਆਪਣੀ ਹੋ ਤੱਕ ਪਈ ਹੈ, ਡੇਢ ਕਨਾਲ ਆਪਣੀ ਉੱਧਰ ਹੈਗੀ, ਦੋ ਕਨਾਲਾਂ ਹੋ ਗਈਆਂ, ਇੰਨਾ ਥਾਂ ਦੱਸ ਕੀ ਕਰਨਾ ਆਪਾਂ ਨੇ। ਓ ਅੱਧੇ ਕਨਾਲ ਆ ਗਈ, ਕਨਾਲ ਉੱਧਰ ਪਈ ਹੈ, ਡੇਢ ਕਨਾਲ ਆ ਗਈ, ਉਹ ਪਰੇ ਪਈ ਹੈ, ਇਹ ਕੰਧ ਚੱਕ ਕੇ ਐ ਕਰਨੀ ਹੈ ਨਾ, ਰੂੜੀ ਸੌਖਾ ਕਿਤੇ ਹੁਣ ਬਕਲ ਕੇ ਜਾਂਦੀ ਹੈ ਵਿਚਾਰੀ ਬੋਆ ਸਿੱਟਣਾ। ਲੈ ਜਾਣ ਨੂੰ ਹੁਣ ਪੈਰਾਂ ਥੱਲੇ ਮਸ਼ੀਨਾਂ ਨਾਲ ਵੱਜ ਗਈ। ਜਿਹੜੀ ਨਾਲ ਚੀਜ਼ ਹੁੰਦੀ ਆ, ਨਾਲ ਚੀਜ਼ ਹੁੰਦੀ ਆ, ਭਾਵੇਂ ਬੰਦੇ ਕੋਲ ਵੱਧ ਹੋਵੇ ਆ ਤਾਂ ਵੀ ਲੈਣਾ ਹੁੰਦਾ ਵੀ ਚਾਹੇ ਥਾਂ ਕਿਤੇ ਬਾਹਰੇ ਨੀ ਹੋਈ, ਇਹ ਨਾਲ ਲੱਗਦੀ ਕਰਕੇ ਕਹਿਣਾ ਮੈਂ ਊਂ ਨੀ ਲੈਂਦਾ ਵੀ ਊਂ ਲੈਣਾ ਮੈਂ, ਤੇ ਮੈਂ ਕੋਈ ਪਾਗਲ ਨੀ ਗਾ, ਇਹ ਤਾਂ ਮੈਂ ਕਿੱਲਾ ਬਾਹਰ ਲੈਂਦਾ ਕਹਿਣੀ, ਮੈਂ ਤਾਂ ਲੈਂਦਾ ਗਾ ਵੀ ਇਹ ਆਪਣੇ ਨਾਲ ਲੱਗਦਾ ਗਾ। ਪਹਿਲਾਂ ਵੀ ਇਸੇ ਕਰਕੇ ਲੜਾਈ ਹੋਈ ਹੈ, ਮੇਰੀ ਗੱਲ ਮੰਨ ਲਿਆ ਕਰੋ ਕੋਈ ਮਾੜੀ ਮੋਟੀ, ਨਾਲੇ ਤੂੰ ਸਾਹਣੇ ਕੀ ਕਰਦੇ ਆ ਖੜੀ, ਚਾਹ ਦੇ ਘੁੱਟ ਧਰ ਲਾ। ਬੇਬੇ ਮੈਂ ਚਾਹ ਧਰਦੀ ਸੀ, ਮੈਨੂੰ ਨਾ ਬਾਪੂ ਨੇ ਬੋਲ ਮਾਰ ਲਿਆ ਸੀ, ਮੈਂ ਤਾਂ ਆ ਗਈ ਸੀ। ਬਾਈ ਬੋਲ ਮਾਰਿਆ ਸੀ ਤਾਂ ਹੀ ਆਈ ਸੀ, ਇਹ ਸਰਾਣੇ ਦੱਸਦੀ, ਸਰਾਣੇ ਦੱਸ ਤੇਰਾ ਕੁਛ ਲਾ ਲੈਣੀ, ਤੂੰ ਗੱਲ ਲਾ ਲੈ ਤੇਰੇ ਨੇ ਜਾਂ ਪੁੱਤ ਤਾਂ ਲੋ ਜਾ, ਤੂੰ ਗੱਲ ਤਾਂ ਲਹਾ ਤੇ ਬਿੰਦ ਕੋ ਪਹਿਲਾਂ ਹੀ ਦੇਖ ਦੇਖ ਦੇਖ, ਸ਼ਰਮ ਨਹੀਂ ਮੰਨਦੀ, ਉਹ ਸ਼ਰਮ ਨਹੀਂ ਮੰਨਦੀ ਤੇ ਚੌੜ ਕਰਦੀ ਆ ਜਦੋਂ ਤੂੰ ਗੱਲਾਂ ਰੋਕਦੀ ਆ, ਮੈਨੂੰ ਸ਼ਰਮ ਮੈਨੂੰ ਸ਼ਰਮ ਆਉਂਦੀ ਹੈ ਜਦੋਂ ਨੂੰਹ ਨਾਲ ਇਹ ਜਿਹੀਆਂ ਗੱਲਾਂ ਕਰਦਾਗਾ, ਹੱਸ ਹੱਸ ਕੇ ਗੱਲਾਂ ਕਰਦੇ ਹੋ, ਇਹੋ ਜਿਹਾ ਕੀ ਸੰਘਾ ਰੱਖਿਆ ਉਹਨੂੰ, ਇਹ ਆਪਦੇ ਸਾਰੇ ਹੁੰਦਾ, ਮੈਂ ਉਹਨੂੰ ਧੀ ਬਣਾਇਆ, ਜੋ ਧੀ ਹੁੰਦੀ ਨਾ ਆਪਦੇ ਮਾਂ ਪਿਓ ਨਾਲ ਕਿਵੇਂ ਮਰਜ਼ੀ ਸਕੇਲ ਨਾ ਕਰਦੀ, ਮੈਨੂੰ ਲੱਗਦਾ ਨਹੀਂ ਵੀ ਧੀ ਆਈ ਸੀ ਇਹ, ਉਹ ਬੁੜੀ ਬੁੜੀ ਵਾਲਾ ਕੰਮ ਨਹੀਂ ਮੇਰੇ ਕੋਲੇ ਵੀ ਆ ਕੇ ਬੰਦਾ ਆ ਕੇ ਐਂ ਕਰਕੇ ਉਹ ਕਰ ਲਓ, ਮੇਰੇ ਕੋਲ ਇਹ ਆ ਜੇ ਧੀ ਆ ਕਹਿੰਦੇ ਨੂੰਹ ਸਹੁਰਾ ਹੋ ਜਾਣਾ, ਜੇ ਧੀ ਬਣਾਏ ਬਣਾ ਸਕਦਾ ਗਾ, ਮੈਂ ਇਹਨੂੰ ਧੀ ਬਣਾਏਗਾ, ਮੈਂ ਨੂੰਹ ਰੱਖਿਆ ਨੀ ਗਾ, ਜੇ ਮੈਂ ਨੂੰਹ ਰੱਖ ਲੂੰਗੀ ਨਾ ਫਿਰ ਇਹਨੂੰ ਬੁਲਾਉਂਦਾ ਨੀ, ਫਿਰ ਆਪਾਂ ਕਹਿੰਦੇ ਨੂੰਹ ਵਾਲੀ, ਮੈਂ ਧੀ ਬਣਾਏਗਾ, ਜੇ ਧੀ ਬਣਾ ਕੇ ਮੈਂ ਹਰ ਗੱਲ ਇਹਦੇ ਸ਼ੇਅਰ ਕਰਦਾ ਵੀ ਮੈਂ ਧੀ ਨੂੰ ਵੀ ਪੁੱਛਾਂ, ਇਹਨੂੰ ਐਂ ਲੱਗੂ ਮੇਰਾ ਬਾਪੀ ਕੋਈ ਘਰੇ ਕੰਮ ਕਰਦਾ ਜਾਂ ਫੈਸਲਾ ਲੈਂਦਾ ਵੀ ਮੈਨੂੰ ਪੁੱਛ ਕੇ ਕਰਦੇ ਆ, ਵੀ ਇਹਦਾ ਮਾਣ ਸਤਿਕਾਰ ਵਧਿਆ ਰਹੂਗਾ।
ਕੋਈ ਮਤਲਬ ਮੈਂ ਛੋਟਾ ਨਹੀਂ ਹੋ ਜਾਂਦਾ ਕਿ ਇਹਨੂੰ ਪੁੱਛ ਲੈਣਾ ਹੈਗਾ। ਆਹੋ ਜੀ ਤੇਰੇ ਵਰਗੇ ਸਹੁਰੇ ਘਰ ਘਰ ਹੋਣ ਬਸ, ਜੇ ਮੈਨੂੰ ਲੱਗਦਾ ਹਰ ਘਰ ਦੇ ਵਿੱਚ ਇਹੋ ਜਿਹਾ ਸਹੁਰਾ ਤੇ ਇਹੋ ਜਿਹੀ ਧੀ ਹੋਈ ਨਾ, ਮੈਨੂੰ ਲੱਗਦਾ ਮੇਰੇ ਵਰਗੀ ਦੀ ਵਿਚਾਰੀ ਦੀ ਜਾਤੀ ਪੁੱਛਣੋਂ ਹਟ ਜਾਣਗੇ, ਪੈਦਾ ਹੀ ਹੁਣ ਹਟ ਜਾਣਗੀਆਂ ਬੁੜੀਆਂ, ਬਸ ਇਕੱਲੇ ਸਹੁਰੇ ਤੇ ਨੂੰਹਾਂ ਹੀ ਰਹਿ ਜਾਣਗੀਆਂ। ਮੈਂ ਤੈਨੂੰ ਇਹਦੀ ਗਲਤੀ ਵੀ ਕੀ ਹੈ, ਮੈਂ ਤਾਂ ਤੈਨੂੰ ਵੀ ਇਹ ਗੱਲ ਕਹਿਣਾ, ਘਰੇ ਕੋਈ ਵੀ ਕੰਮ ਕਰਦੇ ਆ ਇਹਨੂੰ ਕਹਿ ਦੇਗਾ ਪੁੱਤ ਆਪਾਂ ਜੇ ਐਂ ਕਰ ਲਗੇ ਕਿੰਨਾ ਸੋਹਣਾ ਲੱਗੂਗਾ, ਜੇ ਰੱਖ ਕੇ ਕਰੇਂਗੇ ਤੂੰ ਇਹਨਾਂ ਦੀ ਧੀ ਬਣਾ ਕੇ ਰੱਖ, ਤੂੰ ਦੇਖ ਤੁਹਾਡੀ ਲੜਾਈ ਪੈਂਦੀ ਨੀ, ਤੁਸੀਂ ਜੀ ਇੱਕ ਦੂਜੇ ਨੂੰ ਬਣਾਉਂਦੇ ਹੋ ਤੁਹਾਡੀ ਲੜਾਈ ਤਾਂ ਬਣਦੀ ਹੈ। ਪੁੱਤ ਕਹਿਣ ਦੇ ਲਾਇਕ ਨਹੀਂ ਹੈਗੀ, ਕਿਉਂ ਕੀ ਕੋਈ ਕਸੂਰ ਆ ਤੇ ਜਿਹੜੀ ਗੱਲ ਤਾਂ ਮੈਨੂੰ ਪਤਾ ਹੁੰਦਾ ਵਿਆਹ ਕੰਮ ਕਰਨਾ ਉਹ ਤਾਂ ਉਹ ਨਹੀਂ ਕਰਦੀ, ਜਿਹੜਾ ਫਿਰ ਉਹ ਕਰਦੀ ਉਹ ਫਿਰ ਮੈਂ ਨਹੀਂ ਕਰਨ ਦਿੰਦੀ। ਫਿਰ ਤੂੰ ਜਿਹੜਾ ਹੋਊਗਾ ਕਿ ਉਹ ਕਰ ਲੇਗਾ, ਐਂ ਕਰ ਲੇਗਾ, ਲੜਾਈ ਪੈਂਦੀ ਮੈਂ ਨਹੀਂ ਥੱਲੇ ਰੱਖ ਕੇ ਰਹਿੰਦੀ ਉਹਦੇ, ਫਿਰ ਆਹੀ ਗੱਲ ਇੱਕ ਬੰਦੇ ਨੂੰ ਢਾਲਣਾ ਪੈਂਦਾ ਹੁੰਦਾ, ਤੁਸੀਂ ਢਾਲਦੀਆਂ ਨਹੀਂ ਅਗਰ ਢਾਲਦੀਆਂ ਨੇ। ਹੁਣ ਇਹੀ ਚਾਹੁੰਦਾ ਜੀ ਵੀ ਮੈਂ ਉਹਦੇ ਥੱਲੇ ਲੱਗੀ ਰਹਾ ਸਾਰਾ ਦਿਨ, ਮੇਰੀ ਤਾਂ ਕੋਈ ਚੜ੍ਹਾਈ ਨਾ ਹੋਵੇ, ਬਸ ਕੱਲੀ ਤੇਰੀ ਨੂੰਹ ਨੂੰ ਦੀ ਚੜ੍ਹਾਈ ਹੋਵੇ। ਤੇਰੀ ਚੜ੍ਹਾਈ ਕਾਦੀ ਆ, ਚੜ੍ਹਾਈ ਤਾਂ ਤੇਰੀ ਤਾਂ ਹੋਵੇ ਲਈ ਲਾਤੀ ਆਪ ਲਾਈ ਨੇ, ਜਦੋਂ ਉਹ ਕਹਿੰਦੀ ਹੈ ਵੀ ਮਾਂ ਜੀ ਆਪਾਂ ਐਂ ਕੰਮ ਕਰ ਲੈਂਦੇ ਹਾਂ ਤੇ ਤੂੰ ਕਹਿੰਦੀ ਹਾਂ ਪੁੱਤ ਐਂ ਕਰ ਲੈਂਦੇ ਤੇਰੀ ਮਾਂ। ਜੀ ਤਾਂ ਕਹਿੰਦੀ ਨੀ ਉਹ, ਜੀ ਤਾਂ ਮੈਂ ਵੀ ਕਹਿੰਦੀ ਨਾ ਅਨਪੜ੍ਹ ਹੈਗੀ, ਉਹ ਚਾਰ ਕਲਾਸਾਂ ਪੜ੍ਹ ਕੇ ਵੀ ਜੀ ਨੀ ਬੋਲੀ ਕਦੇ ਵੀ ਬੇਬੇ ਜੀ ਕਹਿੰਦਾ ਮੈਂ ਕਦੇ, ਸਾਰਾ ਦਿਨ ਹਜੇ ਦੰਦ ਕੱਢ ਕੇ ਵਗ ਜਾਂਦੀ ਆ, ਮੇਰੀ ਤੇ ਮੇਰੇ ਪੁੱਤ ਦੀ ਤਾਂ ਊਈ ਨੀ ਸੁਣਦਾ ਕੋਈ, ਤੁਹਾਡੀ ਦੋਨਾਂ ਦੀ ਚੱਲਦੀ ਆ। ਚੱਲ ਤੂੰ ਤਾਂ ਮਾਰੀ ਜਾਏ ਗੱਲਾਂ, ਚੱਲ ਪੁੱਤ ਮੈਂ ਤਾਂ ਉਹਦੇ ਕੋਲ ਜਾ ਕੇ ਧੀ ਕੋਲ ਚਾਹ ਪੀਣਾ, ਧੀ ਪਾ ਕੇ ਦੇਊਗੀ 12 ਮਸਾਲੇ ਤੇਰਮਾ ਧਣੀਆਂ ਤੈਨੂੰ ਚਾਹ ਚ, ਮੇਰੇ ਵਾਲੀਆਂ ਚਾਹਾਂ ਤਾਂ ਸਵਾਦ ਨੀ ਲੱਗਦੀਆਂ। ਹੁਣ ਊ ਤਾਂ ਨਾ ਹੱਥਾਂ ਜਾ ਚੰਗਾ ਸੀਗਾ, ਨਾਲ ਲੱਗਦਾ ਸੀ, ਜੀ ਤਾਂ ਮੇਰਾ ਵੀ ਕਰਦਾ ਸੀ ਵੀ ਨਾਲ ਲੱਗਦਾ ਥਾਂ ਲੈ ਲੈਣਾ ਚਾਹੀਦਾ, ਦੂਰ ਉਧਰਲਾ ਤਾਂ ਦੂਰ ਰਹਿ ਗਿਆ, ਪਰ ਇੱਕ ਗੱਲ ਆ ਇਹ ਨਾ ਅਕਲਾਸਣੀ ਨੇ ਹਾਂ ਕਰਤੀ ਪਹਿਲਾਂ, ਜੇ ਇਹ ਹਾਂ ਨਾ ਕਰਦੀ ਨਾ ਇਹ ਥਾਂ ਜ਼ਰੂਰ ਲੈ ਲੈਂਦੀ, ਕਿਉਂਕਿ ਜਦੋਂ ਇਹਦੀ ਹਾਂ ਹੋ ਜਾਂਦੀ ਹੈ ਤਾਂ ਫਿਰ ਮੇਰੀ ਨਾ ਹੁੰਦੀ ਹੈ, ਜੇ ਇਹਦੀ ਨਾ ਹੋ ਜਾਂਦੀ ਫਿਰ ਮੇਰੀ ਹਾਂ ਹੋ ਜਾਂਦੀ, ਇਹਨੇ ਕੰਡੇ ਬੀਜੇ ਦਾ ਸਾਰੇ, ਇਹਦਾ ਕਰਕੇ ਕਲੇਸ਼ ਪਿਆ, ਨਾਲੇ ਮੈਂ ਛਿੱਤਰ ਖਾਧੇ ਉਹ ਤੋਂ। ਲੈ ਜਾ ਜਗ੍ਹਾ ਲੈ ਲੈ ਕੇ ਨਾ ਵਧੀਆ ਰਹਿੰਦੇ, ਬੇਬੇ ਤੋਂ ਹੀ ਭਾਨੀ ਮਾਰਨੂ ਰਹਿੰਦੀ ਆ, ਇੱਕ ਰਾਮਣ ਜੀ ਨਾ ਉਹ ਟੋਕਦੀ ਰਹਿੰਦੀ ਆ, ਬੈਠੋਂ ਦੀ ਨੰਗਿਆ ਕਰੋ ਕਿਤੇ ਦੇਖ ਵੀ ਨਾ ਲਵੇ, ਇਹਦਾ ਸਵਾਦ ਹੀ ਨੀ ਹੈਗਾ ਚੱਜ ਦਾ, ਕਿਤੇ ਰਾਮਣ ਵੀ ਨਾ ਦੇਖ ਲੇ ਉਹ ਤਾਂ ਸਵਾਦ ਨੀ ਹੈਗਾ। ਇਹਨੂੰ ਕਿੰਨੇ ਵਾਰ ਕਿਹਾ ਵੀ ਇੱਧਰ ਦੀ ਨਾ ਨੰਗਿਆ ਕਰੇ, ਸੁਣਦੀ ਕਿਹੜਾ ਹੈਗੀ ਹੈਗੀ, ਵੀ ਹੁਣ ਤਾਂ ਅਸੀਂ ਜਗ੍ਹਾ ਲੈ ਲਈ ਹੁਣ ਤਾਂ ਨਾ ਨੰਗਿਆ ਕਰ ਇੱਧਰ ਦੀ। ਮੈਂ ਇਹਨਾਂ ਦੇ ਘਰੇ ਲਾਂਭਾ ਅੱਜ ਦੇ ਕੇ ਆਉਣੀ ਆ, ਸਾਰੇ ਇਹਨਾਂ ਤੇ ਇਤਰਾਜ਼ ਦਿਖਾਉਂਦੇ ਨੇ ਵੀ ਪਹਿਲਾਂ ਇਹਨਾਂ ਨੂੰ ਲੱਗਣੋ ਹਟਾ ਫੇਰ ਅਸੀਂ ਹਟਾਂਗੇ, ਜਾਣੀ ਆ ਇਹਨਾਂ ਦੇ ਘਰੇ ਹੁਣ। ਆਮਣ ਗੱਲ ਸੁਣ, ਉਰੇ ਉਰੇ ਆ ਕੇ ਮੇਰੀ, ਉਰੇ ਆ ਜਾ ਭੈਣੇ ਬਾਹਾਂ, ਗਾਂ ਦੋ ਭਾਈ ਮੇਰਾ ਵੀ ਕੰਮ ਪਿਆ ਗਾ, ਮੈਂ ਤਾਂ ਤੈਨੂੰ ਲਾਂਭਾ ਦੇਣ ਆਈ ਹੈਗੀ। ਕੀ ਲਾਂਭਾ ਦੇਣਾ ਤਾਂ? ਮੈਂ ਤੈਨੂੰ ਐਂ ਕਿਹਾ ਸੀ ਵੀ ਉੱਧਰ ਦੀ ਨਾ ਨੰਗਿਆ ਕਰ। ਲੈ ਭੈਣੇ ਜੇ ਮੈਂ ਉੱਥੇ ਟੱਪ ਗਈ ਉਹਦਾ ਕਿਹੜਾ ਕੁਛ ਘਸ ਚੱਲਿਆ ਗਾ, ਘਸਿਆ ਤਾਂ ਨਹੀਂ, ਮੁੜ ਕੇ ਤੁਹਾਡੇ ਤੇ ਇਤਰਾਜ਼ ਦਿਖਾਉਂਦੇ ਸਾਰੇ ਵੀ ਪਹਿਲਾਂ ਉਹਨਾਂ ਨੂੰ ਹਟਾ ਫੇਰ ਅਸੀਂ ਹਟਾਂਗੇ। ਸਾਰੇ ਨੰਗਦੇ ਨੇ ਉੱਥੋਂ ਦੀ, ਸਾਰੇ ਨੰਗਦੇ, ਪਰ ਤਾਂ ਹੀ ਤਾਂ ਕਹਿਣੀ ਆ ਨਾ ਸਾਰੇ ਇਤਰਾਜ਼ ਦਿਖਾਉਂਦੇ, ਵੀ ਮੈਂ ਸਾਰਿਆਂ ਨੂੰ ਕਹਿਣੀ ਆ ਵੀ ਉੱਥੋਂ ਦੀ ਨਾ ਨੰਗਿਆ ਕਰੋ। ਚੱਲ ਕੋਈ ਨਾ ਭੈਣੇ, ਅੱਗੇ ਤੋਂ ਨਾ ਨੰਗਿਆ ਕਰਾਂਗੇ। ਹੋਰ ਕਿੰਨੇ ਵਾਰ ਕਹਿਤਾ ਮੈਂ ਤਾਂ ਤੁਹਾਨੂੰ? ਆ ਕਿਹਾ ਸੀ ਨਾ ਸਾਡੀ ਬੁੜੀ ਜੀ ਨੂੰ ਵੀ ਲੈ ਲਈਏ ਥਾਂ, ਉਸੇ ਦੇ ਸਿਆਪੇ ਪਾਏ ਹੋਏ ਨੇ ਹੁਣ ਸਾਰੇ। ਹੋਰ ਲੈ ਲੈਂਦੇ ਵਧੀਆ ਸੀ ਸਮਾਂ ਦੀ, ਉਦੋਂ ਬਕਾਊ ਸੀ ਮੁੱਲ ਸੀਗਾ, ਇਸ ਤੇ ਮੁੱਲ ਲੈ ਟੱਪ ਪੈਸੇ ਲਾ ਕੇ ਨਾਲੇ ਸਾਰੀਆਂ ਪਾਥੀਆਂ ਢਾਹ ਜਾਂਦੇ ਨਾ ਕੇ ਟੱਪੇ ਵਾਲੇ। ਫਿਰ ਭਾਣੇ ਮੈਂ ਤੈਨੂੰ ਢਾਹ ਕੇ ਆਉਂਦੀ, ਜਿਹੜਾ ਢਾਉਂਗਾ ਤੂੰ ਉਹਨਾਂ ਨੂੰ ਕਹਿ, ਮੈਨੂੰ ਕਿਹ ਸੁਣਾਈ ਜਾਂਦੀ ਆ? ਉਹ ਸੁਣਾਉਂਗੀ ਫਿਰ, ਸਾਰੇ ਲੰਘਦੇ ਆ ਗਏ, ਤੁਸੀਂ ਵੀ ਤਾਂ ਲੰਘਦੇ ਹੋ। ਮੈਂ ਕਿਹੜਾ ਪਾਥੀਆਂ ਵਿੱਚ ਦੀ ਟੱਪ ਕੇ ਆਉਣੀ ਆ, ਮੈਂ ਤਾਂ ਡੰਡੀ ਬਣੀ ਹੋਈ ਆ ਉਧਰ ਦੀ ਆਉਣੀ ਆ। ਫਿਰ ਮੈਂ ਡੰਡੀ ਵਾਸਤੇ ਤਾਂ ਨੀ ਪੈਸੇ ਲਾਏ ਵੀ ਇੱਥੋਂ ਦੇ ਲੋਕ ਲੰਘਣਗੇ। ਚੱਲ ਕੋਈ ਨਾ ਭਾਣੇ, ਤੂੰ ਆਪਦਾ ਬਾਗਲ ਮਾਰ ਲਾ, ਨਾ ਟੱਪਿਆ ਕਰਾਂਗੀ, ਅਸੀਂ ਤਾਂ ਉੱਤੋਂ ਦੀ ਬਾਗਲ ਕੇ ਆ ਜਾ ਕਰਾਂਗੇ। ਹਾਂ ਬਾਗਲ ਕੇ ਆ ਜਾ ਕਰੋ ਬਈ, ਉੱਧਰ ਦੀ ਨਾ ਲੰਘਿਆ ਕਰੋ, ਸਿੱਧੀ ਜੀ ਗੱਲ ਆ ਮੇਰੇ ਕੋਲ ਤਾਂ। ਚੱਲ ਕੋਈ ਨਾ ਭੈਣੇ, ਆ ਸਾਰੇ ਸਿਆਪੇ ਸਾਡੀ ਬੁੜੀ ਦੇ ਪਾਏ ਹੋਏ ਨੇ, ਜੇ ਆਪ ਲੈਤੀ ਹੁੰਦੀ ਜਗ੍ਹਾ ਅੱਜ ਇਹ ਥੋੜੀਆਂ ਹੀ ਬੋਲ ਕੇ ਜਾਂਦੀ ਸੀਗੀ, ਸਾਰੇ ਬੁੜੀ ਦੇ ਸਿਆਪੇ ਪਾਏ ਹੋਏ ਨੇ।
ਅੱਜ ਇਹ ਥਾਂ ਆਪ ਹੀ ਲੈ ਕੇ ਆਉਂਦੀ ਕੋਈ ਕਿਵੇਂ ਬੋਲ ਜਾਤਾ ਪਤਾ ਨੀ ਕਦੋਂ ਮਰੂਗੀ ਹਾਂ ਬਾਪੂ ਆ ਕਿਵੇਂ ਬੋਲਦੇ ਜਾਂਦੇ ਕੀ ਗੱਲ ਹੋ ਗਈ ਬਾਪੂ ਤੈਨੂੰ ਪਤਾ ਹੀ ਆ ਬੇਬੇ ਦੇ ਸਿਆਪੇ ਪਾਏ ਹੋਏ ਆ ਥਾਂ ਵਿੱਚ ਦੀ ਟੱਪੇ ਆਉਣੀ ਆ ਮੈਂ ਉਹ ਕਹਿੰਦੀ ਇੱਥੋਂ ਹੀ ਨਾ ਲੰਘਿਆ ਕਰ ਜੇ ਆਪ ਲੈਤਾ ਹੁੰਦਾ ਤਾਂ ਬਾਰ ਭੰਨ ਕੇ ਜਿਵੇਂ ਮਰਜ਼ੀ ਟੱਪਦੇ ਲੰਘਦੇ ਆਪਾਂ ਆਹ ਗੱਲ ਦਾ ਮਾਰਾ ਮੈਂ ਕਹਿੰਦਾ ਸੀ ਵੀ ਨਾਲ ਲੱਗਦੀ ਚੀਜ਼ ਲੈ ਲਓ ਕਹਿੰਦੀ ਆਪਣੇ ਕੋਲ ਤਾਂ ਬਾਲਾ ਹੋ ਜੂ ਕਿੱਥੇ ਆ ਗਈ ਉਹ ਉੱਥੇ ਬੈਠੀ ਆ ਬਾਪੂ ਅੰਦਰ ਬਾਪੂ ਪੈਪ ਨਾ ਕੁੱਟੇਗਾ ਨਾ ਹੋਰ ਕੀ ਕਰੂੰਗਾ ਹੁਣ ਕੁੱਟਣਾ ਹੋਏ ਰਹਿ ਗਿਆ ਹੁਣ ਦਸ ਅਗਲਾ ਲੰਘ ਨਹੀਂ ਦਿੰਦਾ ਕਿੱਥੋਂ ਹੀ ਲੰਘੋਗੇ ਉੱਧਰ ਦੀ ਬਲ ਖਾ ਕੇ ਆਉਣਾ ਪਿਆ ਕਰੂ ਸਾਨੂੰ ਬਲ ਖਾ ਕੇ ਕੀ ਬਾਪੂ ਉੱਧਰ ਉਹ ਵੀ ਇਤਰਾਜ਼ ਕਰਦੇ ਨੇ ਉਹ ਕਹਿੰਦਾ ਸਾਡੇ ਬਾੜੇ ਵਿੱਚ ਦੀ ਵੀ ਨਾ ਟੱਪਿਆ ਕਰੋ ਪਾਥੀਆਂ ਢਾਉਣੇ ਹੋ ਕਹਿੰਦਾ ਤੁਸੀਂ ਬਥੇਰਾ ਕਿਹਾ ਸੀ ਉਦੋਂ ਬੇਬੇ ਨੂੰ ਥਾਂ ਲੈ ਲਈਏ ਕੋਈ ਗੱਲ ਨੀ ਹੁਣ ਪਹੁੰਚਦਾ ਉਹਨੂੰ ਮੈਂ ਬਣਾਉਣਾ ਰੇਲ ਉਹਦੀ ਚੱਲ ਕੋਈ ਨਾ ਬਾਪੂ ਮਾਰੀ ਤਾਂ ਨਾ ਪਿਆਰ ਜਿਹਾ ਸਮਝਾ ਦੀ ਉਹ ਨੇ ਮੇਰਾ ਪਿਆਰ ਹੀ ਇਹ ਜੰਮੇ ਕੀ ਕਰਾਂ ਹੁਣ ਉਹ ਬੈਠੀ ਆ ਗਈ ਹੈ ਇਹ ਕੀ ਕਰਦਾ ਮੈਨੂੰ ਤਾਂ ਲੱਗਦਾ ਮੇਰੇ ਮਾਰਦਾ ਨਹੀਂ ਕਿੱਡੀ ਪੈਪ ਲਈ ਆਉਂਦਾ ਹਾਏ ਮੈਂ ਤਾਂ ਲੁਕ ਜਾਂਦੀ ਹਾਂ ਹਾਏ ਨਹੀਂ ਲੋਟਾ ਹੁੰਦੀ ਕੋਈ ਨੀ ਭਾਈ ਹੁਣ ਧੁੱਪਾ ਕਰ ਗਿਆ ਤੂੰ ਕਿੱਥੇ ਆ ਕਿੱਥੇ ਆ ਤੂੰ ਭਾਈ ਹੋ ਜਾਂਦੀ ਆ ਕਿਆ ਮੈਂ ਭਜਾਵਾਂ ਤੈਨੂੰ ਹਾਏ ਹਾਏ ਮੈਨੂੰ ਤਾਂ ਪਤਾ ਹੀ ਨਹੀਂ ਹੋਇਆ ਮੈਂ ਮੇਰੇ ਨਾਲ ਮਾਰੀ ਮੇਰੇ ਨਾਲ ਮਾਰੀ ਬੇਟੀ ਹੋ ਗਿਆ ਮੈਨੂੰ ਗੱਲ ਤਾਂ ਦੱਸ ਦੇ ਵੇ ਤੂੰ ਗੱਲ ਹੀ ਤਾਂ ਮੈਂ ਖੱਤ ਜਾ ਜਿੰਨੇ ਪਰ ਦੂਰ ਭੱਜੇਗੇ ਉਹਨੇ ਵੱਧ ਲਾਊਗਾ ਭਾਈ ਚੁੱਪ ਕਰ ਜਾ ਅੱਜ ਤੂੰ ਤਾਂ ਹੁਣ ਬੋਲ ਨੀ ਆ ਸਾਰੇ ਤੇਰੇ ਕੰਡੇ ਬੀਜੇ ਪਏ ਆ ਬਾਪੂ ਨਾ ਮਾਰ ਤੂੰ ਮਾਂ ਨੇ ਖਾ ਲੈਂਦੇ ਸੀ ਤੂੰ ਲੈ ਨੀ ਦਿੱਤਾ ਮੈਨੂੰ ਮੈਂ ਕੀ ਕਿਹਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਕਿਹਾ ਕਿਉਂ ਨਹੀਂ ਖੜੀ ਕਰ ਭਾਈ ਇੱਥੇ ਪਹਿਲਾ ਲੱਗਦਾ ਘਰੇ ਲੈ ਕੇ ਚੱਲ ਲੈਣ ਖੜੀ ਕਰ ਲੈਣ ਮੈਂ ਮੈਂ ਕੀ ਕਿਹਾ ਆਇਆ ਖੜੀ ਕਰ ਲੈਣ ਕਰ ਕਰ ਲੈਣ ਖੜੀ ਜੀ ਮੈਂ ਕੀ ਕਿਹਾ ਖੜੀ 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 ਮੈਂ ਕੀ ਕਿਹਾ ਆਇਆ ਰੋ ਰੋ ਰੈਨ ਬੇਕਾਰ ਹੋ ਜਾ ਆਇਆ ਕਿੱਥੇ ਲੈ ਜਾ ਤੈਨੂੰ ਬਾਤ ਤੋਂ ਬਿਨਾ ਗੱਲ ਨਹੀਂ ਕਰਦੀ ਫਿਰ ਨਹੀਂ ਮੈਨੂੰ ਤਾਂ ਗੱਲ ਦਾ ਇਹਨੂੰ ਪਤਾ ਕੀ ਹੋ ਗਿਆ ਚੱਲ ਮੈਂ ਤਾਂ ਆਉਂਦਾ ਮੈਨੂੰ ਗੱਲ ਤਾਂ ਦੱਸ ਦੇ ਹੁਣ ਤੁਸੀਂ 10 ਮਿੰਟ ਨਾ ਫੇਰ ਰੱਖ ਜੋ ਦਸ ਮਿੰਟ ਦੇ ਦਿਓ ਮੈਨੂੰ ਭਾਈ 10 ਮਿੰਟ ਦੇ ਬਾਪੂ ਆ ਇਹਨੂੰ ਕੀ ਹੋ ਗਿਆ ਬਾਪੂ ਮੈਨੂੰ ਲੱਗਦਾ ਤੇ ਮਰ ਗਿਆ ਮੈਨੂੰ ਪੁੱਤ ਬਚਾਲਾ ਕੁੱਟ ਪਿਆ ਦੇਖੋ ਮੈਂ ਡਾਕਟਰ ਨੂੰ ਬੁਲਾ ਲਿਆ ਬੇਬੇ
ਪਾਣੀ ਪੀ ਲੈ। ਤੇਰਾ ਬਾਪੂ ਵਗ ਗਿਆ? ਬਾਪੂ ਤਾਂ ਡਾਕਟਰ ਨੂੰ ਬੁਲਾਉਣ ਗਿਆ। ਹਾਏ ਪੁੱਤ ਖਾਣੇ ਦਾ ਪਾਣੀ ਪੀਂਦਾ ਵਾਲਾ ਬੇਬੇ। ਹਾਂ ਵੀ ਹੁਣ ਕਿਸੇ ਗੱਲ ਨੂੰ ਨਾ ਕਰੇਂਗੀ? ਹੁਣ ਤਾਂ ਨੀ ਬੇਬੇ ਨਾ ਕਰਦੀ। ਨਾ ਪੁੱਤ ਹੁਣ ਤਾਂ ਨਾ ਵਾਲਾ ਸ਼ਬਦ ਮੇਰੇ ਜਵਾਨ ਚ ਮੈਂ ਖਤਮ ਹੀ ਕਰਤਾ। ਹੁਣ ਨੀ ਮੈਂ ਨਾ ਕਰਦੀ ਕਦੇ। ਹੁਣ ਤਾਂ ਸਾਰੀ ਆਕੜ ਖਤਮ ਹੋ ਗਈ ਹੋਣੀ ਬੇਬੇ ਤੇਰੀ। ਹਾਂ ਪੁੱਤ ਹੁਣ ਤਾਂ ਮੇਰੀ ਆਕੜ ਖਤਮ ਹੋ ਗਈ। ਜਿਹੜਾ ਮੇਰੇ ਧੌਣ ਚ ਕਿੱਲਾ ਸੀ ਨਾ ਉਹ ਨਿਕਲ ਗਿਆ ਅੱਜ। ਹਾਏ ਮੈਂ ਤਾਂ ਹੁਣ ਜੇ ਕੋਈ ਕੰਮ ਨਾ ਆਊਗਾ ਨਾ ਮੈਂ ਉਹ ਤੇ ਵੀ ਨਾ ਨੀ ਕਰਦੀ ਪੁੱਤ। ਅਮਨ ਮੈਂ ਉਹ ਤੇ ਵੀ ਹਾਂ ਕਰਦਾ ਕਰੂੰ ਪਰ ਮੈਨੂੰ ਬਚਾ ਲਓ ਪੁੱਤ। ਕੋਈ ਨਾ ਬੇਬੇ ਤੂੰ ਰੈਸਟ ਕਰ ਪੈ ਜਾ। ਹੁਣ ਜੇ ਬਾਪੂ ਨੂੰ ਪਤਾ ਲੱਗ ਗਿਆ ਨਾ ਵੀ ਤੂੰ ਬੈਠੀ ਆ ਆਈ ਨੀ ਪਤਾ ਚੱਕ ਕੇ ਕੁਛ ਫੇਰ ਮਾਰੇ। ਹਾਏ ਨਾ ਪੁੱਤ ਐਨਾ ਕਹਿ ਤੂੰ ਬਹਿ ਜਾ ਤੂੰ। ਬਸ ਬਾਪੂ ਨੂੰ ਤਾਂ ਮੈਂ ਆਪੇ ਸਮਝਾ ਦੂੰਗੀ। ਤੂੰ ਖਿਆਲ ਰੱਖੀ ਮੈਂ ਪੈਣੀ ਆ ਜਾਣ ਕੇ। ਹਾਂ ਪੈ ਜਾ ਪਾਣੀ ਵੀ ਮੈਂ ਲੈ ਗਈ। ਮੈਂ ਤਾਂ ਕਹਿੰਦੂ ਪਾਣੀ ਵੀ ਨੀ ਪੀਤਾ ਬੇਬੇ ਨੂੰ। ਤੂੰ ਕਹਿ ਦੀ ਕਿ ਬੇਬੇ ਸੁਧਰ ਜੂਗੀ ਹੁਣ ਨਾ ਮਾਰੀ ਕਦੇ। ਕੋਈ ਨਾ ਪੈ ਜਾ ਬਸ ਤੂੰ ਹੁਣ ਨਾ ਬੋਲੀ ਆਪ ਹੀ ਲੱਤਾਂ ਦੀ ਲਾਇਕ ਬਣ ਜਾਣੀ ਆ ਤੂੰ ਤਾਂ।